ਖੂਬਸੂਰਤੀ ਕੀ ਹੈ ਫਿਜ਼ੀਕਲ ਖੂਬਸੂਰਤੀ ਦੇ ਕੋਈ ਯੂਨੀਵਰਸਲ ਸਟੈਂਡਰਡਸ ਨੇ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਫਿਜ਼ੀਕਲ ਖੂਬਸੂਰਤੀ ਦਾ ਕੋਈ ਮਹੱਤਵ ਨਹੀਂ ਅੰਦਰਲੀ ਖੂਬਸੂਰਤੀ ਹੈ ਜਿਹੜੀ ਬਨੁਖ ਦੀ ਸਿਰਤ ਆ ਜਿਹੜੀ ਉਹ ਖੂਬਸੂਰਤ ਹੋਣੀ ਚਾਹੀਦੀ ਹੈ ਸੂਰਤ ਤੇ ਸਿਰਦ ਦਾ ਬਹੁਤ ਦੇਰ ਤੱਕ ਇਹ ਬਹਿਸ ਮਵਾਸਾ ਚੱਲਦਾ ਰਿਹਾ ਅੱਜ ਪ੍ਰਸੰਨ ਨਤਾਵ ਨਤਾਰ ਕਰਨਗੇ ਕਿ ਕੀ ਫਿਜ਼ੀਕਲ ਖੂਬਸੂਰਤੀ ਜਿਹੜੀ ਆ ਕੋਈ ਮਹੱਤਵ ਰੱਖਦੀ ਹੈ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਜਿਹੜੇ ਖੂਬਸੂਰਤ ਲੋਕ ਨੇ ਪਰਮਾਤਮਾ ਨੇ ਜਿਨ੍ਹਾਂ ਨੂੰ ਖੂਬਸੂਰਤੀ ਦਿੱਤੀ ਆ ਔਰ ਉਹਨਾਂ ਨੂੰ ਬਹੁਤ ਸਾਰੀਆਂ ਤਰੱਕੀਆਂ ਜਾਂ ਜ਼ਿੰਦਗੀ ਦੇ ਵਿੱਚ ਹੋਰ ਸੁੱਖ-ਸਹੂਲਤਾਂ ਤੇ ਇਹੋ ਜਿਹੀਆਂ ਪ੍ਰਾਪਤੀਆਂ ਕਰਨ ਦੇ ਵਿੱਚ ਬਹੁਤਾ ਸਟਰਗਲ ਨਹੀਂ ਕਰਨਾ ਪੈਂਦਾ ਜਿਹੜਾ ਕਿ ਜਿਹੜੇ ਬਦਸੂਰਤ ਲੋਕ ਨੇ ਜਾਂ ਖੂਬਸੂਰਤ ਨਹੀਂ ਹਨ ਉਹਨਾਂ ਨੂੰ ਜਿੰਨੀ ਸਟਰਗਲ ਕਰਨੀ ਪੈਂਦੀ ਹੈ ਕੀ ਇਸ ਦੇ ਵਿੱਚ ਕੋਈ ਸੱਚਾਈ ਹੋਵੇਗੀ ਅੱਜ ਇਸ ਪਰਸੋਂ ਨਾਲ ਗੱਲਬਾਤ ਕਰਾਂਗੇ ਅਸੋ ਜੀ ਆਇਆਂ ਨੂੰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅਸੀਂ ਆਰੀਅਨ ਲੋਕ ਜਿਸ ਵੇਲੇ ਪਹਿਲਾਂ ਆਏ ਆ ਆਰੀਅਨ ਲੋਕਾਂ ਦਾ ਜਿਹੜਾ ਸੀ ਉਸ ਵੇਲੇ ਰੰਗ ਗੋਰਾ ਸੀ ਜੀ ਨੱਕ ਉਹਨਾਂ ਦੇ ਤਿੱਖੇ ਸੀ ਅੱਖਾਂ ਉਹਨਾਂ ਦੀਆਂ ਮੋਟੀਆਂ ਸੀਗੀਆਂ ਬੁੱਲ ਖੂਬਸੂਰਤ ਇਦਾਂ ਦੇ ਸੀਗੇ ਉਸ ਵੇਲੇ ਬਿਊਟੀ ਦਾ ਕਨਸੈਪਟ ਇਹ ਬਣਿਆ ਪੇ ਵੇ ਸੋਹਣਾ ਉਹ ਹੁੰਦਾ ਜਿਹਦਾ ਨੱਕ ਇਦਾਂ ਦਾ ਹੋਵੇ ਅੱਖਾਂ ਇਦਾਂ ਦੀਆਂ ਹੋਣ ਤਾਂ ਉਹਦਾ ਰੰਗ ਇਦਾਂ ਦਾ ਹੋਵੇ ਉਹਨਾਂ ਲੋਕਾਂ ਦੇ ਵਿੱਚ ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ ਜਿਹੜੇ ਜੱਪਾਂ ਆਏ ਆ ਜਿਹੜੇ ਅਸੀਂ ਸਮਝਦੇ ਹੈਗੇ ਆ ਕਿ ਖੂਬਸੂਰਤ ਇਦਾਂ ਦਾ ਹੁੰਦਾ ਕਿਉਂਕਿ ਆਰੀਅਨ ਲੋਕਾਂ ਦਾ ਉੱਥੋਂ ਜੇ ਕੈਸਪੀਅਨ ਸਾਗਰ ਦੇ ਕੋਲੋਂ ਜਿਹੜੇ ਜਿਹੜੇ ਲੋਕ ਆਏ ਠੰਡਾ ਐਟਮੋਸਫੀਅਰ ਸੀ ਉਹ ਇਦਾਂ ਦੇ ਸੀਗੇ ਉਹ ਇਦਾਂ ਦੇ ਨੂੰ ਖੂਬਸੂਰਤ ਸਮਝਦੇ ਹੁੰਦੇ ਸੀ ਕਿ ਐ ਬੰਦੇ ਇਦਾਂ ਦੇ ਜਿਹੜੇ ਹੈਗੇ ਉਹ ਖੂਬਸੂਰਤ ਹੈਗੇ ਆ ਬਾਅਦ ਦੇ ਵਿੱਚ ਕਿਉਂਕਿ ਐ ਨਸਲਾਂ ਜਿਹੜੀਆਂ ਯੂਰਪ ਆਲ ਗਈਆਂ ਇਹ ਵੀ ਆਰੀਅਨਸ ਦੇ ਵਿੱਚੋਂ ਨਿਕਲੀਆਂ ਸੋ ਇਹਨਾਂ ਸਾਰਿਆਂ ਦਾ ਇੱਕ ਕਨਸੈਪਟ ਆਹਾ ਬਣ ਗਿਆ ਜਿਹੜਾ ਮੈਂ ਦੱਸਿਆ ਆ ਪਏ ਹੁਣ ਵੀ ਖੂਬਸੂਰਤ ਬੰਦੇ ਇਦਾਂ ਦੇ ਸਾਰੀ ਦੁਨੀਆ ਜਿੱਦਾਂ ਨਹੀਂ ਹੈ ਸਾਰੀ ਦੁਨੀਆ ਜਿੱਦਾਂ ਨਹੀਂ ਸਮਝਿਆ ਜਾਂਦਾ ਪਈ ਤਿੱਖੇ ਨੱਕ ਵਾਲਾ ਤਾਂ ਮੋٹے ਅੱਖਾ ਹੁਣ ਮੈਂ ਤੁਹਾਨੂੰ ਦੱਸਦਾ ਇੱਕ ਮੰਗੋਲ ਹੈ ਜੀ ਇੱਕ ਮੰਗੋਲੀਆ ਮੁਲਕ ਹੈਗਾ ਜਿਹੜਾ ਰਸ਼ੀਆ ਔਰ ਚਾਈਨਾ ਦੇ ਵਿਚਾਲੇ ਆ ਜੀ ਜੀ ਕਹਿੰਦੇ ਰਸ਼ੀਆ ਉਹਦੇ ਨਾਰਥ ਵਿੱਚ ਹੈ ਚਾਈਨਾ ਉਹਦੇ ਸਾਊਥ ਦੇ ਵਿੱਚ ਹੈ ਉਹ ਬਹੁਤੀ ਉਹਦੀ ਆਬਾਦੀ ਨਹੀਂ ਹੈ ਪਤਲੀ 33 ਲੱਖ ਉਹਦੀ ਆਬਾਦੀ ਹੈ ਹੁਣ ਉਹਨਾਂ ਬੰਦਿਆਂ ਦੇ ਵਿੱਚ ਜਿਹੜਾ ਬਿਊਟੀ ਦਾ ਕਨਸੈਪਟ ਹੈ ਉਹ ਇਹ ਨਹੀਂ ਹੈ ਉਨਮਦੇ ਚੀਕਸ ਜਿਹੜੀਆਂ ਉੱਚੀਆਂ ਹਾਂ ਉਹਨਾਂ ਦੇ ਕੀ ਸਮਝਦੇ ਆ ਉਹ ਜਿਹੜੇ ਹੈਗੇ ਤਿੱਖੇ ਨੱਕ ਨੂੰ ਨਹੀਂ ਸਮਝਦੇ ਆ ਕਿ ਖੂਬਸੂਰਤ ਹੈਗਾ ਜਾਂ ਪਤਲੇ ਨੱਕ ਨੂੰ ਉਹ ਮੋਟੀਆਂ ਅੱਖਾਂ ਨੂੰ ਨਹੀਂ ਸਮਝਦੇ ਆ ਫਿਰ ਉਹਨਾਂ ਦੇ ਤਾਂ ਖਚੂ ਨਹੀਂ ਆ ਜੀ ਉਹਨਾਂ ਦੇ ਬਿਊਟੀ ਦਾ ਕਨਸੈਪਟ ਹੋਰ ਹੈਗਾ ਜਾ ਕੇ ਹੁਣ ਤੁਸੀਂ ਦੇਖੋ ਉਹਨਾਂ ਹੀ ਵੀ ਕਿਸੇ ਸਮੇਂ ਡੋਮੀਨੇਟਿਕ ਇਜਤਾ ਚੰਗੇਜ਼ ਖਾਨ ਦਾ ਨਵਾਂ ਆਪਾਸ ਬੁੜਿਆ ਹੋਣਾ ਚੰਗੇਜ਼ ਖਾਨ ਉਸੇ ਇਲਾਕੇ ਦੇ ਵਿੱਚ ਹੋਇਆ ਇੱਕ ਥੋੜੇ ਚੀਨ ਦੇ ਵਿੱਚ ਇਨਰ ਮੰਗੋਲੀਆ ਵਿੱਚ ਹੈਗਾ ਆ ਤੇ ਉਹ ਚਲੋ ਚੀਨ ਤੋਂ ਕੋਲ ਐਸੇ ਵੇਲੇ ਸੋ ਉਹਨਾਂ ਦੇ ਵਿੱਚ ਜਿਹੜੇ ਮੰਗੋਲ ਆ ਮੰਗੋਲਾਂ ਦੇ ਵਿੱਚ ਕਨਸੈਪਟ ਇਹ ਨਹੀਂ ਹੈ ਕਿ ਖੂਬਸੂਰਤ ਬੰਦਾ ਇਦਾਂ ਦਾ ਹੁੰਦਾ ਜਾਏਗਾ ਅੱਛਾ ਫੇਰ ਤੁਸੀਂ ਦੇਖੋ ਹੁਣ ਅੱਗੇ ਬਲੈਕ ਇਸ ਬਿਊਟੀਫੁਲ ਚੱਲਦੀ ਮੂਵਮੈਂਟ ਉਹ ਵੀ ਚਲਦੀ ਰਹੀ ਉਹਨੇ ਬਲੈਕ ਵਾਲਿਆਂ ਨੇ ਵੀ ਕੀਤਾ ਵੇ ਇਹ ਕਿ ਉਸ ਇਹ ਬਿਊਟੀ ਕਿਤੇ ਗੋਰੇ ਹੀ ਹੁੰਦੇ ਜਿਹੜੇ ਉਹ ਬਿਊਟੀ ਹੁੰਦੇ ਨੇ ਸੋ ਪਹਿਲਾਂ ਇਸ ਗੱਲ ਦੇ ਉੱਤੇ ਬਹੁਤ ਨਾਲ ਆ ਕਿ ਬਿਊਟੀਫੁਲ ਕੌਣ ਆ ਬਿਊਟੀਫੁਲ ਕਿੱਦਾਂ ਕਿਹਨੂੰ ਸਮਝਦੇ ਆ ਪਰ ਕੋਈ ਯੂਨੀਵਰਸਲ ਸਟੈਂਡਰਡਸ ਵੀ ਹੋਣੇ ਆ ਸਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਸੀ ਵੀ ਆਹ ਫੀਚਰਸ ਨੇ ਆਹ ਗਾਈਡਲਾਈਨਸ ਨੇ ਇਹ ਖੂਬਸੂਰਤੀ ਦੇ ਮੋਹਰਟੇ ਫੇਚੋ। ਯੂਨੀਵਰਸਲ ਹੈਨੀ ਸਟੈਂਡਰਡ ਜੀ। ਕੋਈ ਕਿਸੇ ਨੇ ਫੈਕਸ ਨਹੀਂ ਕੀਤਾ ਜਾ ਕੇ ਕਿ ਇਦਾਂ ਦਾ ਬੰਦਾ ਬਿਊਟੀਫੁੱਲ ਹੁੰਦਾ, ਇਦਾਂ ਦਾ ਬੰਦਾ ਬਿਊਟੀਫੁੱਲ ਨਹੀਂ ਹੁੰਦਾ। ਔਰ ਇਹ ਕਨਸੈਪਟ ਸਿਰ ਸਭ ਬਦਲਦਾ ਹੈ। ਅੱਛਾ ਜੀ। ਹਾਂ ਇਹ ਬਦਲਦਾ ਮੈਂ ਤੁਹਾਨੂੰ ਦੱਸਦਾ। ਮੈਂ ਆਪਣੇ ਤੁਹਾਨੂੰ ਇੱਕ ਜ਼ਰੂਰੀ ਗੱਲ ਦੱਸਦਾ ਜੀ। ਉਹ ਮੈਂ ਜਿਸ ਵੇਲੇ ਸਾਡਾ ਮੇਰਾ ਦਰ ਨਿਰਮੋਧਲਾ ਚੱਲਦਾ ਸੀਗਾ ਉਸ ਵੇਲੇ ਗੱਲ। ਅੱਛਾ ਮੈਂ ਉਹ ਤੇ ਮੇਰੀ ਮਦਰ ਕਹਿੰਦੇ ਵੀ ਮੈਨੂੰ ਕੁੜੀ ਦਿਖਾ ਲਤਾ ਸੀ। ਤੇ ਮੇਰੇ ਤੇ ਵੀ ਸੀ ਬੀ ਦਿਖਾ ਲ ਕੇ ਅਪਰੂਵ ਲੈ ਲਮਾ ਥੋੜੀ ਜੀ ਤਾਂ ਮੈਂ ਨਰਮਨ ਨੂੰ ਮਿਲਿਆ ਕੁੜੀ ਉਹਨੇ ਦੇਖੀ ਮੈਨੂੰ ਜਾ ਕੇ ਮਿਲਣ ਤੋਂ ਬਾਅਦ ਮੈਨੂੰ ਕਹਿੰਦੇ ਕੁੜੀ ਤਾਂ ਸੋਹਣੀ ਆ ਪਰ ਪਤਲੀ ਬਹੁਤ ਆ ਹੁਣ ਉਸ ਵੇਲੇ ਕਨਸੈਪਟ ਐਸੀ ਵੀ ਬਹੁਤੀ ਪਤਲੀ ਕੁੜੀ ਠੀਕ ਨਹੀਂ ਹੁੰਦੀ ਹਾਂ ਉਦੋਂ ਐਕਟਰ ਸਾਂ ਉਹ ਪਰਣੀ ਸੀ ਫਿਲਮੀ ਪਤਰੀ ਹੁੰਦੀ ਪੁਰਾਣੀ ਐਕਟਰਾਂ ਦੇਖ ਲਓ ਕਿੰਦਾਂ ਨੇ ਫੇ ਕੁੜੀ ਪਤਲੀ ਆ ਅੱਛਾ ਹੁਣ ਜੇ ਕੋਈ ਮਦਰ ਦੇਖੂਗੀ ਉਹ ਇਹ ਨਹੀਂ ਕਹੂਗੀ ਜਾ ਕੇ ਫੇ ਫੇ ਕੁੜੀ ਤਾਂ ਸੋਹਣੀ ਆ ਪਰ ਪਤਲੀ ਆ ਉਹ ਇਹ ਤਾਂ ਕਹਿ ਸਕਦੀ ਹੈ ਕਿ ਕੁੜੀ ਤਾਂ ਸੋਹਣੀ ਹੈ ਪਰ ਥੋੜੀ ਜਿਹੀ ਮੋਟੀ ਹੈ ਠੀਕ ਹੈ ਨਾ ਉਹ ਬਦਲ ਗਿਆ ਕਨਸੈਪਟ ਸੋ ਬਿਊਟੀ ਦਾ ਜਿਹੜਾ ਕਨਸੈਪਟ ਹੈਗਾ ਉਹ ਕਨਸੈਪਟ ਵੀ ਇੱਕ ਨਹੀਂ ਰਹਿੰਦਾ ਹੈਗਾ ਉਹ ਬਦਲਦਾ ਬਦਲਦਾ ਰਹਿੰਦਾ ਹੈਗਾ ਕਿਸੇ ਲਈ ਕੋਈ ਬਿਊਟੀਫੁੱਲ ਹੈ ਕਿਸੇ ਲਈ ਕੋਈ ਬਿਊਟੀਫੁੱਲ ਹੈਗਾ ਹੁਣ ਤੁਸੀਂ ਦੂਜੇ ਪਾਸੇ ਦੇਖੋ ਮਦਰ ਨੇ ਹਰ ਬੱਚਾ ਬਿਊਟੀਫੁੱਲ ਹੈ ਉਹ ਚਾਹੇ ਜਿੱਦਾਂ ਮਰਜੀ ਹੋਵੇ ਜਿੱਦਾਂ ਦੀ ਮਰਜੀ ਸ਼ਕਲ ਹੋਵੇ ਉਹਦੀ ਜਾ ਕੇ ਸੋ ਉਸ ਗੱਲ ਕਰਕੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਾਂ ਇਹ ਇੰਦਰਜੀਤ ਜੌਦਰੀ ਇੱਕ ਬੜੇ ਰਾਈਟਰ ਹੋਏ ਆ ਇੰਡੀਆ ਦੇ ਅੱਛਾ ਜੀ ਹਾਂ ਜੀ ਉਨੀ ਉਹਨਾਂ ਦੇ ਆਰਟੀਕਲ ਛਪਦੇ ਰਹੇ ਆ ਲਸਟਰਡ ਵਿਕਲੀ ਦੇ ਵਿੱਚ ਜਦੋਂ ਖੁਸ਼ਵੰਤ ਸਿੰਘ ਹੁਣੀ ਉਹਦੇ ਐਡੀਟਰ ਹੁੰਦੇ ਸੀ ਉਹ ਚ ਆਰਟੀਕਲ ਛਪੇ ਸੀ ਵਾਈ ਆਈ ਹੇਟ ਇੰਡੀਅਨਸ ਬੜੇ ਆਰਟੀਕਲ ਛਪੇ ਉਹਨਾਂ ਦੇ ਅੱਛਾ ਇੱਕ ਉਹਨਾਂ ਦੀ ਬੜੀ ਬੁੱਕ ਆ ਆਟੋ ਬਾਇਓਗ੍ਰਾਫੀ ਆਫ ਏਨ ਅਨਨੋਨ ਇੰਡੀਅਨ ਉਨੀ ਇਹ ਕਹਿਆ ਉਹ ਕਹਿੰਦੇ ਜਿਹੜਾ ਬਲੈਕ ਕਲਰ ਹੈ ਨਾ ਕਾਲਾ ਕਲਰ ਜਿਹੜਾ ਹੈਗਾ ਇਹ ਕਹਿੰਦੇ ਗੋਰੇ ਉਹਨੂੰ ਇੰਨਾ ਹੇਟ ਨਹੀਂ ਕਰਦੇ ਜਿੰਨੇ ਇੰਡੀਅਨ ਹੇਟ ਕਰਦੇ ਉਹਨੂੰ ਕਹਿੰਦੇ ਇੰਡੀਅਨ ਜਿਆਦਾ ਹੇਟ ਕਰਦੇ ਆ ਕਹਿੰਦੇ ਬਲੈਕ ਹੁੰਦੇ ਹੋਏ ਵੀ ਕਹਿੰਦੇ ਜਿਆਦਾ ਹੇਟ ਕਰਦੇ ਆ ਇੰਡੀਆ ਦੇ ਵਿੱਚ ਤਾਂ ਕਹਿੰਦੇ ਜਾ ਕੇ ਵਿਆਹ ਟੁੱਟ ਜਾਂਦੇ ਕੜਮਾਈਆਂ ਟੁੱਟ ਜਾਂਦੀਆਂ ਕੁੜੀ ਕਾਲੀ ਆ ਜੀ ਮੁੰਡਾ ਕਾਲਾ ਆ ਜੀ ਇਸ ਕਰਕੇ ਜਿਹੜੇ ਹੈਗੇ ਆ ਇਹ ਉਹ ਇੱਥੇ ਹੀ ਤਾਂ ਹੈ ਕਹਿੰਦੇ ਇਸ ਗੱਲ ਕਰਕੇ ਆ ਕੇ ਲੜਦੇ ਆ ਪਰ ਬਲੈਕ ਨੂੰ ਤੁਸੀਂ ਨਫ਼ਰਤ ਕਰਦੇ ਆ ਪਰ ਆਪ ਜਿਆਦਾ ਕਰਦੇ ਹੋ ਕਹਿੰਦੇ ਇਹ ਕਰਦੇ ਜਾ ਕੇ ਇਹ ਇਹ ਤਾਂ ਰਿਸ਼ਤੇ ਟੁੱਟ ਜਾਂਦੇ ਆ ਕਹਿੰਦੇ ਇਸ ਗੱਲ ਦੇ ਉੱਤੇ ਜਾ ਕੇ ਹਾਲੇ ਤੱਕ ਵੀ ਉਸ ਜਿਹੜਾ ਬਲੈਕ ਯਾ ਡਾਰਕਰ ਕੰਪਲੈਕਸ਼ਨ ਆ ਹਾਂਜੀ ਉਹ ਇੰਨਾ ਸੋਹਣਾ ਨਹੀਂ ਸਮਝਿਆ ਜਿਹਦਾ ਜਿੰਨਾ ਗੋਰੇ ਰੰਗ ਲਈ ਮੈਂ ਮੈਂ ਉਹੀ ਗੱਲ ਕਰਨਾ ਹੈ ਆਓ ਉਹ ਜਿਹੜੇ ਅਸੀਂ ਲੋਕ ਵੀ ਇਦਾਂ ਹੀ ਸਮਝਦੇ ਆਂ ਜਾ ਕੇ ਕਿ ਸਾਡੇ ਚ ਵੀ ਹੌਲੀ ਹੌਲੀ ਰੰਗ ਤਾਂ ਬਦਲ ਗਏ ਕਿਉਂਕਿ ਉਹਦੇ ਕਈ ਕਾਰਨ ਆਪਾਂ ਫੇਰ ਦੇਖਾਂਗੇ ਕਿਤੇ ਕਿਉਂ ਰੰਗ ਇਹਨਾਂ ਦੇ ਬਦਲ ਗਏ ਅੱਛਾ ਉਹਦੇ ਵਿੱਚ ਬਰਟਨ ਰਸਲ ਨੇ ਇੱਕ ਵਾਰ ਲਿਖਿਆ ਉਹ ਕਹਿੰਦੇ ਆ ਉਹ ਕਹਿੰਦੇ ਵੀ ਜਿਹੜੀ ਆਪਣਾ ਆਦਮੀ ਆ ਹੂੰ ਉਹ ਕਹਿੰਦੇ ਜਿਹੜੀ ਔਰਤ ਦੀ ਖੂਬਸੂਰਤੀ ਜਿਹੜੀ ਆ ਉਹ ਤੋਂ ਬਹੁਤ ਇੰਪ੍ਰੈਸ ਹੁੰਦਾ ਸੋਹਣੀ ਕੁੜੀ ਜਿਹੜੀ ਹੋਵੇ ਸੋਹਣੀ ਧੀਮੀ ਆ ਉਹ ਉਹਦੇ ਵੱਲੋਂ ਖਿੱਚਿਆ ਖਿੱਚਿਆ ਜਾਂਦਾ ਜਾਂਦੇ ਉਹਦੇ ਨਾਲ ਉਹ ਕਹਿੰਦੇ ਜਿਹੜੀ ਔਰਤਾਂ ਔਰਤ ਟੋਟਲ ਪਰਸਨੈਲਿਟੀ ਵੱਲੋਂ ਖਿੱਚੀ ਜਾਂਦੀ ਹੈ ਅੱਛਾ ਹਾਂ ਉਹ ਕੱਲੀ ਉਹਦੀ ਸ਼ਕਲ ਵੱਲੋਂ ਨਹੀਂ ਖਿੱਚੀ ਜਾਂਦੀ ਬੰਦੇ ਦੀ ਉਹ ਬੰਦੇ ਦਾ ਟੋਟੈਲਿਟੀ ਦੇਖਦੀ ਹੈ ਟੋਟਲ ਦੇ ਵਿੱਚ ਖਿੱਚੀ ਜਾਂਦੀ ਹੈ ਉਹਦੇ ਵੱਲੋਂ ਵੀ ਸ਼ਖਸੀਅਤ ਕਿ ਹੋਈ ਹੈ ਇਹਦੀ ਸ਼ਖਸੀਅਤ ਕਿਦਾਂ ਦੀ ਹੈ ਦੀ ਪਰਸਨੈਲਿਟੀ ਕਿਦਾਂ ਦੀ ਹੈ ਔਰ ਉਹ ਫਿਰ ਕਹਿੰਦੇ ਇਸ ਰਿਸ਼ਤੇ ਦੇ ਵਿੱਚ ਔਰਤ ਅਕਲ ਮੰਦਿਆ ਬੰਦੇ ਨਾਲ ਇਸ ਰਿਸ਼ਤੇ ਦੇ ਵਿੱਚ ਔਰਤ ਅਕਲ ਮੰਦਿਆ ਕਿ ਉਹ ਬੰਦੇ ਦਾ ਟੋਟੈਲਿਟੀ ਦੇਖਦੀ ਹੈ ਪੱਲਾ ਦੇਖਦੀ ਨਹੀਂ ਵੀ ਇਹਦਾ ਨੱਕ ਕਿਦਾਂ ਦਾ ਹੈ ਇਹਦਾ ਬੰਦਾ ਸਿਰਫ ਉਹਦੀ ਖੂਬਸੂਰਤੀ ਦੇਖਦਾ ਹੈ ਸੋ ਹੁਣ ਇਹ ਜਿਹੜੇ ਆਪਾਂ ਗੱਲ ਕਰ ਰਹੇ ਹਾਂ ਸੀ ਉਹ ਇਹ ਹੈ ਵੀ ਦੇਖੋ ਇਹ ਜਿਹੜੀ ਖੂਬਸੂਰਤੀ ਆ ਇਹ ਬਦਲਦੀ ਹੈ ਫਿਜ਼ੀਕਲ ਖੂਬਸੂਰਤੀ ਜਿਹੜੀ ਹੈ ਜਸਮਾਨੀ ਖੂਬਸੂਰਤੀ ਜਿਹੜੀ ਹੈਗੀ ਆ ਬਦਲ ਜਾਂਦੀ ਹੈ ਇਹ ਇਹਦਾ ਕਨਸੈਪਟ ਬਦਲਦਾ ਆ ਕਿਸੇ ਲਈ ਕੋਈ ਖੂਬਸੂਰਤੀ ਆ ਕਿਸੇ ਲਈ ਕੋਈ ਖੂਬਸੂਰਤੀ ਬੰਦਿਆਂ ਨੂੰ ਤੁਸੀਂ ਦੇਖ ਲਓ ਬੰਦਿਆਂ ਦੇ ਵਿੱਚ ਕੋਈ ਕਿਸੇ ਨੂੰ ਖੂਬਸੂਰਤ ਲੱਗਦਾ ਕਿਸੇ ਕੋਈ ਕਿਸੇ ਨੂੰ ਖੂਬਸੂਰਤ ਲੱਗਦੀ ਹੈ ਕਿਸੇ ਨੂੰ ਨਹੀਂ ਖੂਬਸੂਰਤ ਲੱਗਦੀ ਇਦਾਂ ਹੀ ਬੰਦਿਆਂ ਦੇ ਵਿੱਚ ਲੱਗਦੇ ਸੋ ਇਹਦੇ ਬਾਰੇ ਕੋ ਪੱਕੇ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਕੋਈ ਸਟੈਂਡਰਡ ਨਹੀਂ ਹੈ ਪਰ ਕੋਈ ਆ ਖੂਬਸੂਰਤੀ ਆ ਤਾਂ ਆ ਖੂਬਸੂਰਤ ਨਹੀਂ ਹੈ ਔਰ ਬੱਸ ਉਹ ਇੱਕ ਗੱਲ ਹੁਣ ਹੋਰ ਵੀ ਐਵੇਂ ਅੱਜਕੱਲ ਸਰਜਰੀ ਦੇ ਯੁੱਗ ਦੇ ਵਿੱਚ ਅ ਰੀਅਲੀ ਫਿਚਰ ਚੇਂਜ ਕਰਨੇ ਕੋਈ ਬਹੁਤੀ ਵੱਡਾ ਇਸ਼ੂ ਨਹੀਂ ਰਿਹਾ ਔਰ ਅੱਜਕੱਲ ਸਰਜਰੀਜ਼ ਹੁੰਦੀਆਂ ਫੇਸ ਜੌਬ ਹੋਗੀ ਨੋਜ਼ ਜੌਬ ਹੋਗੀ ਹੁਣ ਇਸ ਤਰ੍ਹਾਂ ਥੋੜੀ ਬਹੁਤ ਏਰੀਆ ਫਰਕ ਪਾਇਆ ਜਾ ਸਕਦਾ ਹਾਂ ਤੁਸੀਂ ਦੇਖੋ ਫਰਕ ਪਾਇਆ ਜਾ ਸਕਦਾ ਹੁਣ ਮੈਂ ਇਹ ਵੀ ਸੋਚਦਾ ਸੀ ਕਿ ਇਹ 1932-33 ਵਿੱਚ ਮੇਰਾ ਖਲ ਕਿਤਾਬ ਉਹ ਲਿਖੀ ਗਈ ਹੈ ਹਿੰਟਸ ਫॉर ਸੈਲਫ ਕਲਚਰ ਉਹਦੇ ਵਿੱਚ ਲਾਲਾ ਹਰਦਿਆ ਲਿਖਦੇ ਆ ਉਹ ਇਹ ਕਹਿੰਦੇ ਆ ਕਿ ਜਿਹੜੀ ਤੁਹਾਡੀ ਚਿਹਰੇ ਦੀ ਖੂਬਸੂਰਤੀ ਆ ਇਹ ਤਾਂ ਤੁਹਾਡੇ ਬਸ ਨਹੀਂ ਆ ਪਰ ਜਿਹੜੀ ਜਿਸਮ ਦੀ ਸੁ ਖੂਬਸੂਰਤੀ ਆ ਉਹ ਤਾਂ ਤੁਹਾਡੇ ਬਸ ਹੈਗੀ ਨਾ ਬਾਡੀ ਨੂੰ ਤਾਂ ਸੋਹਣਾ ਰੱਖੋ ਤੁਸੀਂ ਉਹਨੂੰ ਤਾਂ ਖੂਬਸੂਰਤ ਬਣਾ ਕੇ ਰੱਖੋ ਤਾਂ ਨਾ ਰਵੇ ਬੜ ਬੜੇ ਢਿੱਡ ਕੱਢ ਕੇ ਜਾਂ ਹੋਰ ਤੁਸੀਂ ਇਦਾਂ ਦਾ ਕਰੋ ਉਹਨੂੰ ਤਾਂ ਖੂਬਸੂਰਤ ਰੱਖੋ ਪਰ ਹੁਣ ਜਿੱਦਾਂ ਤੁਸੀਂ ਦੱਸਿਆ ਹੁਣ ਉਹ ਚਿਹਰੇ ਦੀ ਖੂਬਸੂਰਤੀ ਵੀ ਤੁਹਾਡੇ ਬਸ ਆ ਗਈ ਹੈ ਤੁਸੀਂ ਉਹਨੂੰ ਸਮੇਂ ਦੇ ਮੁਤਾਬਕ ਜਿੱਦਾਂ ਸਮਝਦਾ ਬਦਲ ਲੈਣੇ ਆ ਪਲਾਸਟਿਕ ਸਰਜੀ ਦੇ ਤੁਸੀਂ ਹੁਣੇ ਮਿਸਾਲ ਦਿੱਤੀ ਹੈ ਪਰ ਜਿਹੜੀ ਤੁਸੀਂ ਆ ਗੱਲ ਕਰਤੀ ਜੀ ਹੁਣ ਵੀ ਬੜੇ ਬੜੇ ਢਿੱਡ ਕੱਢ ਕੇ ਕੁੱਸੀ ਨੂੰ ਬਸ ਸੂਰਤੀ ਨਾਲ ਜੋੜਦਾ ਹੁਣ ਸੂਮੋ ਰੈਸਲਰ ਨੇ ਹੋਰ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਉਹ ਕਹਿੰਦੇ ਕਿ ਵੱਡਾ ਟੱਡ ਕੋਈ ਬਦਸ਼ਕਲ ਨਹੀਂ ਹੈ ਤੇ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਜੀ ਤੁਹਾਡੀ ਗੱਲ ਨੂੰ ਪਰੋੜਤਾ ਕਰਦਾ ਮੈਂ ਇਹਦੀ ਜਾ ਕੇ 1985 ਦੇ ਵਿੱਚ ਜੀ ਅਸੀਂ ਮੈਂ ਤਾਂ ਮੇਰਾ ਬڑا ਬੇਟਾ ਸੂਮੋ ਰੈਸਲਿੰਗ ਚ ਚਲੇ ਅਸੀਂ ਉੱਥੇ ਤਿੰਨ ਚਾਰ ਵੀ ਕਰ ਰਹੇ ਉੱਥੇ ਜਾਪਾਨ ਇੱਕ ਸੂਮੋ ਦੇ ਖਾੜੇ ਦੇ ਵਿੱਚ ਹੁਣ ਉਸ ਵੇਲੇ ਮੇਰਾ ਜਿਹੜਾ ਬڑا ਬੇਟਾ ਸੀ ਉਸ ਵੇਲੇ ਉਹ ਸੁਪਰ ਹੈਵੀweight ਰੈਸਲਰ ਸੀਗਾ ਜੀ ਇੰਡੀਆ ਦਾ ਚੈਂਪੀਅਨ ਸੀਗਾ 128 128 ਕਿਲੋ ਦਾ weight ਸੀ ਜਦ ਅਸੀਂ ਉੱਥੇ ਗਏ ਸੁਮੋ ਦੇ ਵਿੱਚ ਉਹਨੇ ਸਾਨੂੰ ਕੀਤੀ ਸੀ ਵੈਲਕਮ ਹੋ ਗਿਆ ਸੀ ਸੁਮੋ ਕਰ ਰਹੇ ਆ ਉਹ ਸੁਮੋ ਦਾ ਜਿਹੜਾ ਬਿਆ ਦਾ ਬਿਆ ਕਹਿੰਦੇ ਖਾੜੇ ਨੂੰ ਬਿਆ ਦਾ ਉਸਤਾਦ ਸੀ ਉਹ ਕਹਿੰਦਾ ਵੀ ਬਾਕੀ ਤਾਂ ਸਭ ਕੋ ਠੀਕ ਆ ਪਰ ਇਹਦਾ ਢਿੱਡ ਨਹੀਂ ਬਹੁਤਾ ਵੱਡਾ ਉਹ ਦੇਖੋ ਤੁਹਾਡੇ ਵਾਲੀ ਗੱਲ ਬਿਲਕੁਲ ਹੋ ਗਈ ਹੋ ਗਈ ਠੀਕ ਹੈ ਅੱਛਾ ਏਸੀ ਤਰ੍ਹਾਂ ਇੱਕ ਵਾਰ ਮੇਰੇ ਫਾਦਰ ਨੂੰ ਮਿਲਣਾ ਹੈ ਜੀ ਇੱਕ ਮਾਝੇ ਦੇ ਰੈਸਲਰ ਤਾਂ ਮੇਰੇ ਫਾਦਰ ਉਹਨੂੰ ਕਹਿੰਦੇ ਪਏ ਵੇ ਤੂੰ ਤਾਂ ਬਹੁਤ ਮੋਟਾ ਹੋ ਗਿਆ ਤੇਰਾ ਬਾਹਰ ਮੋਟਾ ਹੋ ਗਿਆ ਉਹਦਾ ਜਵਾਬ ਮੋਰੀਓ ਸੀ ਕਹਿੰਦਾ ਪਹਿਲਵਾਨ ਜੀ ਹੁਣ ਪੰਜ ਚਾਰ ਟਰੱਕ ਵੀ ਆਪਣੇ ਹੈਗੇ ਤੇ ਇੱਥੇ ਹਰਿਆਣੇ ਦੇ ਵਿੱਚ ਜਮਨਗਰ ਕੁਝ ਮੀਨ ਵੀ ਅਸੀਂ ਲੈ ਲਈ ਕਾਫੀ ਹੁਣ ਗੁਜ਼ਾਰਾ ਚੰਗਾ ਉਸ ਲਈ ਇਹ ਸਮਝਿਆ ਜਾਂਦਾ ਹੈ ਕਿ ਪ੍ਰੋਸਪਰਿਟੀ ਦਾ ਪ੍ਰਤੀਕ ਹੈ ਪ੍ਰੋਸਪਰਿਟੀ ਦਾ ਪ੍ਰਤੀਕ ਸਗਾ ਸੋ ਇਸ ਕਰਕੇ ਕੋਈ ਤੁਹਾਡੇ ਗੱਲ ਬਿਲਕੁਲ ਠੀਕ ਹੈ ਇਹ ਨਹੀਂ ਕਹਿ ਸਕਦੇ ਕਿ ਢਿੱਡ ਕੱਡੇ ਵਾਲਾ ਖੂਬਸੂਰਤ ਨਹੀਂ ਹੈਗਾ ਜਾਂ ਉਹ ਖੂਬਸੂਰਤ ਆਪਣਾ ਆਪਣਾ ਕਨਸੈਪਟ ਹੈ ਜੀ ਤਾਂ ਇਸ ਕਰਕੇ ਇਹਦੇ ਤੇ ਕੋਈ ਪਮਾਨਾ ਨਹੀਂ ਹੈ ਤੇ ਕੋਈ ਕਹਿਣਾ ਨਹੀਂ ਕਿਸੇ ਨੂੰ ਚਾਹੀਦਾ ਕਿ ਤੂੰ ਸੋਹਣਾ ਹੈ ਜਾਂ ਤੂੰ ਸੋਹਣਾ ਨਹੀਂ ਹੈ ਇਹ ਆਪਣੀ ਆਪਣੀ ਨਿਗਾਹ ਜਿੱਦ ਜਿੱਦ ਕਿਸੇ ਨੂੰ ਲੱਗਦੀ ਹੈ ਉਦਾਂ ਉਦਾਂ ਕੋ ਲੱਗਦਾ ਹੈ ਜਾ ਕੇ ਮੇਰੇ ਖਿਆਲ ਆ ਵੀ ਜਿਹੜੀ ਹੋਰ ਇੰਪੋਰਟੈਂਟ ਗੱਲ ਇਹ ਆ ਕਿ ਭਾਵੇਂ ਕੋਈ ਖੂਬਸੂਰਤ ਵੀ ਹੋਵੇ ਜੇ ਉਹ ਸਾਫ ਸੁਥਰਾ ਨਹੀਂ ਹਾਈਜਨਿਕ ਨਹੀਂ ਬਿਲਕੁਲ ਬਿਲਕੁਲ ਜਿਹੜੇ ਫੀਚਰਸ ਤੁਸੀਂ ਪਹਿਲਾਂ ਦੱਸੇ ਸੀ ਕਿ ਭਾਰਤੀ ਕਲਚਰ ਦੇ ਮੁਤਾਬਕ ਤਿੱਖਾ ਨੱਕ ਮੋਟੀਆਂ ਖਾਂ ਬੋਰਾ ਰੰਗ ਜੇ ਇਹ ਵੀ ਖੂਬਸੂਰਤੀ ਆ ਔਰ ਜੇ ਨਾ ਤੋ ਕਿ ਨਹੀਂ ਉਹ ਬੰਦਾ ਰਹਿੰਦਾ ਜਾਂ ਔਰਤ ਆ ਜਾਂ ਉਹ ਤੋਂ ਬਦਬੂ ਆਉਂਦੀ ਰਹਿੰਦੀ ਆ ਜਾਂ ਉਹਨੂੰ ਲੁੱਕ ਆਫਟਰ ਨਹੀਂ ਕਰਦਾ ਪ੍ਰੋਪਰਲੀ ਹਾਈਜਨਿਕ ਨਹੀਂ ਹੈ ਬਿਲਕੁਲ ਬਿਲਕੁਲ ਫਿਰ ਤੋ ਉਹ ਤਾਂ ਖੂਬਸੂਰਤੀ ਦਾ ਕੋਈ ਫਾਇਦਾ ਨਹੀਂ ਸੈਂਸ ਆਪੇ ਹੇਰ ਤੁਸੀਂ ਇਹ ਦੇਖੋ ਨਾ ਜਿਸ ਵੇਲੇ ਆਪਣੇ ਇੱਕ ਮੈਂ ਤੁਹਾਨੂੰ ਦੱਸਦਾ ਜੀ ਜਿਹੜੀ ਜਸਮਾਨੀ ਖੂਬਸੂਰਤੀ ਆ ਇਹ ਕੋਈ ਸਕਸੈਸਫੁਲ ਮੈਰਿਡ ਲਾਈਫ ਦੇ ਵਿੱਚ ਬਹੁਤੀ ਇਫੈਕਟਿਵ ਨਹੀਂ ਹੈ ਮੰਨ ਲਓ ਮੇਰੀ ਗੱਲ ਅੱਛਾ ਜੀ ਆ ਜਸਮਾਨੀ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਪੇ ਆ ਆਦਮੀ ਸੋਹਣਾ ਆ ਜਾਂ ਔਰਤ ਸੋਹਣੀ ਆ ਜਾਂ ਆ ਕਪਲ ਸੋਹਣਾ ਆ ਤਾਂ ਇਹਨਾਂ ਦੀ ਜ਼ਿੰਦਗੀ ਵੀ ਬਹੁਤ ਸੋਹਣੀ ਚੱਲ ਰਹੀ ਹੋਊਗੀ ਨੋ ਇਹ ਨਹੀਂ ਜਸਮਾਨੀ ਖੂਬਸੂਰਤੀ ਜਿਹੜੀ ਹੈਗੀ ਆ ਉਹ ਥੋੜਾ ਜਿਹਾ ਤੁਹਾਨੂੰ ਖਿੱਚ ਸਕਦੀ ਆ ਜਿਹਦਾ ਸਾਹਰ ਦਾ ਕਸ਼ੇਰ ਆ ਅਮ ਇਸ਼ਕ ਪਰ ਕੋਈ ਨਾਜ਼ ਕਰੇ ਤਾਂ ਬਾਤ ਵੀ ਹੈ ਹੁਸਨ ਕੀ ਕਿਆ ਬਾਤ ਇਹ ਤਾਂ ਢਲ ਜਾਂਦਾ ਹੈ ਹਮ ਠੀਕ ਹੈ ਨਾ ਸੋ ਉਹਦੇ ਨਾਲ ਜਿਹੜੀ ਹੈਗੀ ਆ ਇਹ ਇਦਾਂ ਨਹੀਂ ਅਸੀਂ ਕਹਿ ਸਕਦੇ ਕਿ ਖੂਬਸੂਰਤ ਜਿਹੜੇ ਨੌਜਵਾਨ ਆ ਜਾਂ ਖੂਬਸੂਰਤ ਜਿਹੜੀਆਂ ਲੜਕੀਆਂ ਆ ਦੇ ਵਿੱਚ ਗੁੱਡ ਵਾਈਬਸ ਔਰ ਗੁੱਡ ਹਸਬੰਡ ਨੋ ਉਹ ਜਿਹੜੀ ਪਹਿਲਾਂ ਤੋਂ ਸ਼ੁਰੂ ਵਿੱਚ ਕੀਤੀ ਸੀ ਇੰਟਰਨਲ ਸੀ ਦੀ ਗੱਲ ਜਿਹੜੀ ਸੀ ਉਹ ਜਿਹੜੀ ਹੈਗੀ ਆ ਗੱਲ ਉਹਦੇ ਵਿੱਚ ਉਹ ਬੜਾ ਸਾਡੀ ਅੰਦਰ ਦੀ ਖੂਬਸੂਰਤੀ ਕਿੱਦਾਂ ਦੀ ਹੈ ਤੁਸੀਂ ਇਨਸਾਨ ਕਿਦਾਂ ਦੇ ਅੰਦਰ ਜਾ ਕੇ ਉਹਦੇ ਵਿੱਚ ਫੈਸਲ ਸਾਹਿਬ ਬਹੁਤੇ ਤੁਸੀਂ ਦੇਖੋ ਜਿਹੜੇ ਇਨਸਾਨ ਚੰਗੇ ਹਨ ਉਹ ਜੇ ਦੇਖਣ ਨੂੰ ਉਹਨਾਂ ਦੀ ਸ਼ਕਲ ਚੰਗੀ ਨਹੀਂ ਹੈ ਤਾਂ ਉਹ ਉਹਨਾਂ ਦੀ ਸ਼ਕਲ ਵੀ ਚੰਗੀ ਲੱਗਣ ਲੱਪਣਦੀ ਹੈ ਸਾਨੂੰ ਪਰ ਜੇ ਦੋਨੋਂ ਗੱਲਾਂ ਹੁਣ ਫੇਸ ਸੋਨੇ ਤੇ ਸੁਗਾ ਆ ਫੇਸ ਸੋਨੇ ਤੇ ਸੁਗਾ ਆਇਆ ਤੇ ਮੇਰੇ ਇੱਕ ਆ ਗਿਆ ਸ਼ੇਰ ਜਿਹਦਾ ਫੈਸਲ ਸਾਹਿਬ ਨੇ ਇੱਕ ਵਾਰ ਲਿਖਿਆ ਜੀ ਉਹ ਲਿਖਦੇ ਆਪਣੇ ਜਿਹੜੀ ਉਹਨਾਂ ਦੀ ਬੜੀ ਮਸ਼ਹੂਰ ਨਜ਼ਮ ਹੋਈ ਸੀ ਇੱਕ ਮੁੱਸੇ ਪਹਿਲੇ ਸੀ ਮੁਹੱਬਤ ਮੇਰੀ ਮਹਿਬੂਬ ਨਾ ਮੰਗ ਤੇ ਉਹਦੇ ਵਿੱਚ ਇਹ ਕਿਹਾ मैंने समझा कि तू है तो दरखश् है हयात दरखशा होंदियाँ रोशनी हयात हों की जिंदगी मैंने समझा कि तू है तो दरखश् है हयात तेरी आंखों के स्वाद दुनिया में रखा okay. क्या ठीक है उन्हें इदा लिखिया बहुत लोगों ने लिखे ये उत्ते फिर अपने डॉक्टर लामा अकबाल ने लिखा भाई नहीं ये गल नहीं सीरत के हम गुलाम हैं सूरत, सूरत हुई तो क्या सुरखो सफेद मिट्टी की मूरत हुई तो क्या भाई नहीं ये सूरत की गल नहीं है सीरत की गल है ਸੁਭਾ ਅਲੀਗਨ ਜੀ ਸੁ ਮਿੱਟੀ ਦੀ ਮੂਹ ਸੋਣੀ ਮੂਹ ਸੇ ਉਹ ਕੁਛ ਨਹੀਂ ਹੋ ਨਿਕਮੇ ਸੁਭਾ ਚੰਗਾ ਹੋਣਾ ਚਾਹੀਦਾ ਉਹਦੇ ਵਿੱਚ ਹੋਲੀ ਚਲੋ ਗਾਹ ਮੈਂ ਉਹਦਾ ਹਰ ਦਾ ਸਹਰ ਦਾ ਲਿਖਿਆ ਆ ਉਹਦੇ ਦਾ ਤੁਹਾਨੂੰ ਉਹਦਾ ਉਹ ਕਹਿੰਦਾ ਨਸੂਰਤ ਕੀ ਬਾਤ ਹੈ ਨਸੀਰਤ ਕੀ ਬਾਤ ਹੈ ਹਮ ਤੋ ਤੁਮ ਪਰ ਮਰਤੇ ਹੈ ਬਸ ਤਬੀਅਤ ਕੀ ਮੂਹ ਰਹਿਤ ਨੂੰ ਲੈ ਗਿਆ ਜੀ ਗਨ ਯਾ ਪਰ ਜਿਵੇਂ ਦੋਨ ਨਹੀਂ ਮੜੀਆਂ ਹੋ ਜਾਣ ਕਿਤੇ ਸਿਰਤ ਵੀ ਤੇ ਸੂਰਤ ਵੀ ਇਹ ਇਹਦੇ ਵਿੱਚ ਦੋਈ ਗੱਲਾਂ ਦੀ ਸੁਣੀ ਹੋਣੀ ਨਾ ਗੱਲ ਪੇ ਉਹ ਜਿਹੜੀ ਇੱਕ ਹਾਲੀਵੁੱਡ ਦੀ ਐਕਟਰਸ ਸੀ ਬੜੀ ਮਸ਼ਹੂਰ ਤੇ ਉਹ ਬਹੁਤ ਖੂਬਸੂਰਤ ਸੀ ਬਹੁਤ ਖੂਬਸੂਰਤ ਸੀ ਤਾਂ ਉਹ ਜਾਰਜ ਬਰਨਾਰਡ ਸ਼ਾ ਹੁਣ ਜੀਨੀਅਸ ਬੰਦਾ ਸੀ ਜੀ ਉਹ ਜਾਰਜ ਬਰਨਾਰਡ ਸ਼ਾ ਨੂੰ ਉਹਨੇ ਕਿਹਾ ਪੇ ਤੂੰ ਮੇਰੇ ਨਾਲ ਸ਼ਾਦੀ ਕਰ ਲੈ ਪੇ ਮੈਂ ਇਸ ਕਰਕੇ ਤੈਨੂੰ ਕਹਿ ਰਹੀ ਆ ਪੇ ਸ਼ਾਦੀ ਕਰ ਲੈ ਪੇ ਜਿਹੜੇ ਬੱਚੇ ਹੋਊਗੇ ਉਨਾ ਵਿੱਚ ਮੇਰੀ ਖੂਬਸੂਰਤੀ ਹੋਊਗੀ ਔਰ ਤੇਰਾ ਦਿਮਾਗ ਹੋਊਗਾ ਜਿਨੇ ਸੋਗਾ ਤਾਂ ਔਰ ਇੱਕ ਆਈਡਲ نسل ਹੋਊਗੀ ਜਾ ਕੇ ਤੇ ਜੋਰਜ ਬਨਰਜਰ ਕਹਿੰਦੇ ਜੀ ਉਲਟ ਹੋ ਗਿਆ ਤੇਰੀ ਅਕਲ ਉਹਨਾਂ ਵਿੱਚ ਆਲੇ ਗਈ ਤਾਂ ਮੇਰੀ ਮੇਰੀ ਸ਼ਕਲ ਚਲੇ ਗਈ ਤਾਂ ਫੇਰ ਉਲਟ ਹੋ ਜਾਣਾ ਕਮ ਹੈ ਦੇ ਰੈਡ ਐਫ ਐਮ ਸੁਣ ਰਹੇ ਸੀ 89.1 ਤੇ 93.1 ਪ੍ਰੋਫੈਸਰ ਸ਼ਮੀਰਾ ਸਿੰਘ ਦੀ ਖੂਬਸੂਰਤੀ ਬਾਰੇ ਗੱਲਬਾਤ ਕਰ ਰਹੇ ਸਨ ਕਿ ਖੂਬਸੂਰਤੀ ਕੀ ਹੈ ਅ ਫਿਜ਼ੀਕਲ ਖੂਬਸੂਰਤੀ ਤੇ ਜਿਹੜੀ ਤੁਹਾਡੀ ਅੰਦਰੂਨੀ ਖੂਬਸੂਰਤੀ ਹੈ ਉਸ ਦੀ ਸੂਰਤ ਤੇ ਸਿਰਤ ਦੀ ਗੱਲ ਚੱਲੀ ਆ ਪਰ ਵਕ ਵਕ ਮਲਕਾਂ ਦੇ ਵਿੱਚ ਮੈਂ ਸਭ ਵਕ ਵਕ ਕਿਸਮ ਦੇ ਲੋਕਾਂ ਦੇ ਵਿੱਚ ਜਦੋਂ ਮੈਂ ਹੁਣ ਪੁਰਾਣੀਆਂ ਫਿਲਮਾਂ ਪਰਸੋਂ ਦੇਖਦਾ ਕਈ ਵਾਰੀ ਆਸ਼ਾ ਪਾਰਖ ਜਾਂ ਵਹੀਦਾਰ ਰਹਿਮਾਨ ਜਾਂ ਹੋਰ ਜੜੀਆਂ ਇੱਕ ਜ਼ਮਾਨੇ ਦੀਆਂ ਹਿੱਟ ਚੋਟੀ ਦੀਆਂ ਐਕਟਰੀ ਸੀ ਉਹ ਬਹੁਤ ਪਾਰੀਆਂ ਸੀ ਹਾਂਜੀ ਔਰ ਉਸ ਵੇਲੇ ਮੇਰਾ ਖਿਆਲ ਵੀ ਮਰਦਾਂ ਨੂੰ ਵੀ ਉਹੀ ਔਰਤਾਂ ਚੰਗੀਆਂ ਲੰਦੀ ਨਹੀਂ ਵਰਨਾ ਉਹਨਾਂ ਦਾ ਵੀ ਡਾਇਰੈਕਟਰ ਯਾ ਉਹ ਆਪ ਪਾਰਕਟਾ ਸਕਦੀਆਂ ਸੀ ਬਿਲਕੁਲ ਬਿਲਕੁਲ ਹੁਣ ਕਨਸੈਪਟ ਇਹ ਆ ਗਿਆ ਬਿਲਕੁਲ ਇਹ ਕਿ ਜਿਹੜੀਆਂ ਪਤਲੀਆਂ ਔਰਤਾਂ ਨੇ ਉਹ ਖੂਬਸੂਰਤ ਨੇ ਮਰਦਾਂ ਬਾਰੇ ਵੀ ਇਸ ਤਰ੍ਹਾਂ ਦੇ ਵਿਚਾਰ ਬਣਦੇ ਰਹਿੰਦੇ ਮੈਂ ਵਾਰ ਵਾਰ ਤੁਹਾਨੂੰ ਇਹ ਦੱਸਦਾ ਜੀ ਮੈਂ ਇੱਕ ਵਾਰ ਉਹ ਅਸੀਂ ਬੈਠੇ ਉਹ ਮਿਸਟਰ ਯੂਨੀਵਰਸ ਦਾ ਆ ਰਿਹਾ ਸੀ ਟੀਵੀ ਟੈਲੀਵਿਜ਼ਨ ਦੇ ਉੱਤੇ ਉਹ ਹੁਣ ਮਿਸਟਰ ਯੂਨੀਵਰਸ ਨੂੰ ਕਿਹਾ ਜਾਂਦਾ ਵੀ ਇਹ ਸਾਰੀ ਦੁਨੀਆ ਦੇ ਵਿੱਚੋਂ ਸੋਹਣਾ ਬੰਦਾ ਕਿਹਾ ਜਾਂਦਾ ਔਰ ਮੇਰੇ ਕੋਲ ਇੱਕ ਔਰਤ ਬੈਠੀ ਉਹ ਕਹਿੰਦੀ ਆ ਕਿ ਆ ਕਿ ਕਿੰਬੀਆਂ ਗਿੰਦਾਂ ਜੀਆਂ ਪਾਈਆਂ ਜਾਂ ਕੇ ਮੈਨੂੰ ਚੰਗੇ ਲੱਗਦੇ ਏ ਇਦਾਂ ਦੇ ਸਰੀਰ ਜਿਹੜੇ ਹੈਗੇ ਮਸਲ 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 ਬਹੁਤ ਬਣੇ ਅ ਸਿੱਧਾ ਜਿਹਾ ਸਰੀਰ ਹੋਵੇ ਸਪਲ ਜਿਹਾ ਸਰੀਰ ਬੰਦੇ ਨੂੰ ਚੰਗੇ ਲਾ ਉਹ ਦੁਨੀਆ ਦੇ ਸਾਰੇ ਹੁਣ ਫਿਰ ਸਾਹਿਬ ਜਿਹੜੀਆਂ ਮਿਸ ਯੂਨੀਵਰਸ ਬਣਦੀਆਂ ਉਹ ਉਹ ਕਿਹੜੀਆਂ ਗੁੱਡ ਵਾਈਫਸ ਬਣਦੀਆਂ ਉਹਨਾਂ ਦੇ ਡਿਵੋਰਸ ਕਿੰਨੇ ਹੋ ਜਾਂਦੇ ਆ ਕਿਉਂਕਿ ਉਹ ਫਿਰ ਇੰਟਰਨਲ ਬਿਊਟੀ ਨਹੀਂ ਹੁੰਦੀ ਉਹਦੇ ਚ ਹਮ ਇੰਟਰਨਲ ਬਿਊਟੀ ਨਹੀਂ ਨਾ ਜਿਸ ਵੇਲੇ ਅੰਦਰ سیرਤ ਜਿਹੜੀ ਆ ਲੌਂਗ ਰਨ ਰਨ ਦੇ ਵਿੱਚ ਸਿਰਤ ਬਹੁਤ ਕਾਊਂਟ ਕਰਦੀ ਹੈ। ਅੱਛਾ ਹੁਣ ਸਿਰਤ ਦੀ ਗੱਲ ਦੱਸੋ। ਸਿਰਤ ਉਰਦੂ ਦਾ ਸ਼ਬਦ ਹੈ ਫਾਰਸੀ ਦਾ। ਮੇਰਾ ਖਿਆਲ ਉਰਦੂ ਤਾਂ ਫਾਰ ਉਰਦੂ ਦੇ ਬਹੁਤੇ ਸ਼ਬਦ ਜਿਹੜੇ ਫਾਰਸੀ ਦਾ ਹਿੰਦੀ ਚੋਂ ਨਿਕਲੇ ਹੋਏ ਜੀ। ਕੀ ਮਤਲਬ ਕੀ ਹੈ? ਸੁਭਾ। ਅੱਛਾ ਸੁਭਾ ਕਿਦਾਂ ਦਾ ਹੈਗਾ? ਸਿਰਤ ਕਿਦਾਂ ਦੀ ਹੈ? ਵੀ ਸਿਰਤ ਚ ਸੁਭਾ ਚੰਗਾ ਹੋਣਾ ਚਾਹੀਦਾ। ਸੂਰਤ ਦੀ ਕੀ ਗੱਲ ਜਿੱਦਾਂ ਹੁਣ ਆਪਾਂ ਇਕਵਾਲ ਦਾ ਸ਼ੇਰ ਪਹਿਲਾਂ ਦੇਖ ਕੇ ਪੜ੍ਹ ਕੇ ਦੇਖ ਕੇ ਹਟੇ। ਸੋ ਸੁਭਾ ਤਾਂ ਜਿਹੜਾ ਹੈਗਾ ਜ਼ਰੂਰੀ ਇਹ ਜ਼ਰੂਰੀ ਚੀਜ਼ ਹੈ। ਤੈਂ ਸਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਜੇ ਨੂੰ ਆਪਾਂ ਇਸ਼ਕ ਕਹਨੇ ਆ ਜਾਂ ਲਵ ਕਹਨੇ ਆ ਮੁਹੱਬਤ ਕਹਨੇ ਆ ਕੁਛ ਵੀ ਕਹ ਲਓ ਇੱਕ ਕਰਨੀ ਸੌਖੀ ਆ ਨਭਾਉਣੀ ਔਖੀ ਆ ਜਾਇ ਇਹ ਤਾਂ ਮੰਗਾਣੇ ਵੀ ਸੁਣੇ ਹਾਂ ਨਭਾਉਣੀ ਜਿਹੜੀ ਹੈ ਕਿ ਆ ਲਾਈਫ ਲੌਂਗ ਜਿਹੜਾ ਪ੍ਰੋਸੈਸ ਆ ਉਹਦੇ ਵਿੱਚ ਤੁਹਾਡੇ ਅਬਸੈਂਟ ਡਾਊਨ ਜਿਹੜੇ ਆਉਂਦੇ ਆ ਤੇ ਉਹ ਮੈਂ ਲੰਮੇ ਬਿੰਨੂ ਵਿੱਚ ਯਾਦ ਆਗੇ ਕੱਲ ਮੈਨੂੰ ਇੱਕ ਫੋਨ ਆਇਆ ਹੂੰ ਇੰਗਲੈਂਡ ਤੋਂ ਹੂੰ ਮੇਰੇ ਨਾਲ ਉਹ ਬੰਦਾ ਇੱਕ ਜਮਾਤ ਅੱਗੇ ਹੁੰਦਾ ਸੀ ਅੱਛਾ ਤੇ ਬੁਰੇ ਜੀ ਫੋਨ ਆਇਆ ਜੀ ਤੇ ਮੈਂ ਪੁੱਛਿਆ ਸਿੱਧਾ ਕੀ ਹਾਲ ਹੈ ਹੂੰ ਤੇ ਉਹ ਮੈਨੂੰ ਕਹਿੰਦੇ ਕਹਿੰਦੇ ਸਿਹਤ ਇਦਾਂ ਦੀ ਆ ਮੇਰੇ ਦੋ ਆਪਰੇਸ਼ਨ ਹੋ ਚੁੱਕੇ ਆ ਮੈਨੂੰ ਸਟੈਂਟ ਪੈ ਚੁੱਕੀ ਹੈ ਨਿਗਾਹ ਵੀ ਮੇਰੀ ਠੀਕ ਨਹੀਂ ਹੈ ਤੇ ਠੀਕ ਆ ਤੇ ਬਾਕੀ ਜਿਹੜੀ ਹੈਗੀ ਆ ਉਹ ਨਿਆਣੇ ਨੇ ਟੈਨਸ਼ਨ ਬਹੁਤ ਦਿੱਤੀ ਹੋਈ ਆ ਜਿੱਦੜ ਤੈਨੂੰ ਦਿੱਤੀ ਹੋਈ ਆ ਮੈਂ ਉਹਨੂੰ ਕਹਾਂ ਮੈਂ ਕਿ ਆ ਜੀ ਤੁਸੀਂ ਮੇ ਤੋਂ ਵੈਰੀਫਾਈ ਕੀਤੇ ਤੋਂ ਬਿਨਾਂ ਹੀ ਉੱਚੇ ਤੋਂ ਇਹ ਕਿਦਾਂ ਕਹਤਾ ਵੀ ਮੈਨੂੰ ਵੀ ਟੈਨਸ਼ਨ ਤੈਨੂੰ ਟੈਨਸ਼ਨ ਦਿੱਖਦੀ ਹੈ ਉਹ ਕਹਿੰਦੇ ਇਹ ਚ ਵੈਰੀਫਾਈ ਕਰਨ ਵਾਲੀ ਗੱਲ ਕੀ ਹੈ ਇਹ ਤਾਂ ਸਾਰਿਆਂ ਨੂੰ ਦਿੱਤੀ ਹੋਈ ਹੈ ਯਾਰ ਕਹਿੰਦੇ ਨੇ ਆਣੇ ਨੇ ਸਾਰਿਆਂ ਨੂੰ ਟੈਨਸ਼ਨ ਦਿੱਤੀ ਹੋਈ ਆ ਤੈਨੂੰ ਕਿਦਾਂ ਨਾ ਦਿੱਤੀ ਹੋਊਗੀ ਕਹਿੰਦੇ ਇਹ ਤਾਂ ਸਾਰਿਆਂ ਨੂੰ ਦਿੰਦੇ ਆ ਟੈਨਸ਼ਨ ਜਿਹੜੀ ਹੈ ਤੇ ਮੈਂ ਕਿਹਾ ਟੈਨਸ਼ਨ ਦਿੰਦੇ ਆ ਕੋਈ ਵੀ ਦਿੰਦੇ ਆ ਮੈਂ ਕਿਹਾ ਕੋਈ ਵੀ ਦਿੰਦੇ ਆ ਹਰ ਗੰਮ ਹਾਂ ਕਿਤੇ ਕਿਤੇ ਖੁਸ਼ੀ ਵੀ ਦੇ ਦਿੰਦੇ ਕਿਤੇ ਕਿਤੇ ਖੁਸ਼ੀ ਵੀ ਦੇ ਦਿੰਦੇ ਤਾਂ ਮੈਨੂੰ ਯਾਰਾ ਕਿ ਮੈਂ ਕਿਹਾ ਦੇਖ ਲਓ ਵੀ ਲਾਈਫ ਜਿਹੜੀ ਹੈਗੀ ਆ ਉਹ ਇਸੇ ਤਰ੍ਹਾਂ ਚੱਲਦੀ ਆ ਸੋ ਸੈਂਸ ਆਫ ਬਿਊਟੀ ਦੀ ਇਹ ਗੱਲ ਆਪਾਂ ਮੇਰਾ ਖਰਾ ਇੰਨੇ ਕ ਜਿਹੜੀ ਹੈਗੀ ਆ ਹਾਂ ਠੀਕ ਹੈ ਤੁਹਾਡੀ ਗੱਲ ਪਰ ਜਿਹੜੀ ਤੁਸੀਂ سیرਤ ਦੀ ਗੱਲ ਕੀਤੀ ਹੈ ਮੈਂ ਤਾਂ ਤੁਹਾਨੂੰ ਪੁੱਛਿਆ ਸੀ ਤੁਸੀਂ ਕਿ سیرਤ ਦੀ ਗੱਲ ਸੁਭਾਅ ਚੰਗਾ ਹੋਣਾ ਚਾਹੀਦਾ ਸੁਭਾਅ ਹੀ ਸਭ ਕੁਝ ਆ سیرਤ ਤੁਸੀਂ ਦੋ ਤਿੰਨ ਵਾਰੀ ਪਰ ਸਾਹਿਬ ਜਿਵੇਂ ਤੁਸੀਂ ਫਿਜ਼ੀਕਲ ਬਿਊਟੀ ਦੀ ਗੱਲ ਕੀਤੀ ਆ سیرਤ ਵੀ ਬਦਲਦੀ ਰਹਿੰਦੀ ਆ ਔਰ ਮੈਂ ਬਹੁਤ ਸਾਰੇ ਲੋਕ ਇਹੋ ਜਿਹੇ ਦੇਖਿਆ ਉਨਾ ਦਾ ਸੁਭਾਅ ਬਹੁਤ ਚੰਗਾ ਮਿੱਠਾ ਮੱਲਾਪੜਾ ਬਹੁਤ ਹੈਲਪਫੁਲ ਸਭ ਕੁਝ ਠੀਕ ਹੁੰਦਾ ਪਹਿਲਾਂ ਪਹਿਲ ਔਰ ਸੁਭਾਅ ਬਦਲ ਜਾਂਦਾ ਬਹੁਤ ਸਾਰੀਆਂ ਔਰਤਾਂ ਇਹੋ ਜੀਆਂ ਔਰ ਜਿਹੜੀਆਂ ਦੀ ਜਵਾਨੀ ਪਹਿਰੇ ਜਾਂ ਕੁਝ ਸਰਟਨ ਉਮਰ ਤੱਕ ਉਹਨਾਂ ਦਾ ਸੁਭਾਅ ਬਹੁਤ ਵਧੀਆ ਰਹਿੰਦਾ ਔਰ ਇੰਨਾ ਵਧੀਆ ਸੁਭਾਅ ਹੁੰਦਾ ਕਿ ਉਹ ਸਾਰੇ ਆਪਣੇ ਪਤੀ ਦਾ ਹੀ ਨਹੀਂ ਸਾਰੇ ਟੱਬਰ ਦਾ ਮਨ ਮੋਹ ਲੈਂਦੀਆਂ ਸਾਰੇ ਪਿੰਡ ਦਾ ਮਨ ਮੋਹ ਲੈਂਦੀਆਂ ਲੇਕਿਨ ਉਸ ਤੋਂ ਬਾਅਦ ਸੁਭਾਅ ਸਭ ਬਦਲਦਾ ਉਹੀ ਔਰਤਾਂ ਇੰਨੀਆਂ ਆਖੜ ਤੇ ਅੜਵ ਹੋ ਜਾਂਦੀਆਂ ਇਨੀਆਂ ਅੜਵੈੜੀਆਂ ਤੇ ਲੜਾਕੀਆਂ ਹੋ ਜਾਂਦੀਆਂ ਗੱਲ ਗੱਲ ਤੇ ਵੱਡ ਵੱਡ ਕੇ ਖਾਂਦੀਆਂ ਮੈਨੂੰ ਤਾਂ ਲੱਗਦਾ ਸਥਿਤੀਆਂ ਜਿਹੜੀਆਂ ਨੇ ਉਹ ਬੰਦੇ ਦੇ ਸੁਭਾਅ ਨੂੰ ਵੀ ਚੇਂਜ ਕਰ ਦੇ ਇਹ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਇਹ ਸੁਭਾਅ ਸਾਰਿਆਂ ਦੇ ਬਦਲ ਦੇ ਆ ਔਰਤਾਂ ਦੇ ਵੀ ਬਦਲਦੇ ਆ ਬੰਦਿਆਂ ਦੇ ਵੀ ਬਦਲ ਬੰਦੇ ਚੜਚੜੇ ਹੋ ਜਾਂਦੇ ਆ ਬੰਦਿਆਂ ਦੇ ਵੀ ਬਦਲ ਦੇ ਆ ਗਿਆ ਇਹ ਜਿਹੜੀ ਹੈਗੇ ਇਹ ਦੇਖੋ ਇਹ ਸਿੰਘ ਸਾਹਿਬ ਜੀ ਆਪਾਂ ਇਸ ਗੱਲ ਤੇ ਆ ਗਏ ਤਾਂ ਆਪਾਂ ਇਹ ਸਮਝੀਏ ਪੇ ਇਨਸਾਨ ਨੂੰ ਸਮਝਣਾ ਬਹੁਤ ਔਖਾ ਹੈ ਨਉ ਸੂਰਤ ਨਸੀਰਤ ਸਮਝਣਾ ਬਹੁਤ ਔਖਾ ਹੈਗਾ ਜਾ ਕੇ ਇਹਦੇ ਵਿੱਚ ਉਹ ਕਿਹੜਾ ਗਾਣਾ ਹੁੰਦਾ ਸੀ ਕੋਈ ਸਮਝਾ ਨਹੀਂ ਕੋਈ ਜਾਣਾ ਨਹੀਂ ਇਹ ਕੁਝ ਪਤਾ ਨਹੀਂ ਲੱਗਦਾ ਸੁਭਾਤਾ ਹਰ ਪਲ ਪਲ ਤੇ ਬਦਲਦਾ ਹਰ ਪਰ ਪਲ ਤੇ ਬਦਲਦਾ ਸੂਰਤ ਵੀ ਕੋ ਪਰਮਨੈਂਟ ਨਹੀਂ ਤੇਮੇ ਕੁਝ ਹੁੰਨੇ ਆ ਕਿਸੇ ਸਮੇ ਕੁਝ ਹੁੰਨੇ ਆ ਉਹੀ ਬੰਦਾ ਕਿਸੇ ਤਰ੍ਹਾਂ ਹੁਣ ਮੈਂ ਤੁਹਾਡੇ ਨਾਲ ਹੋਰ ਤਰ੍ਹਾਂ ਡੀਲ ਕਰਨਾ ਉਹਦੇ ਨਾਲ ਹੋਰ ਤਰ੍ਹਾਂ ਡੀਲ ਕਰਨਾ ਜਾ ਕੇ ਕਿਸੇ ਨਾ ਕਿਸੇ ਤਰ੍ਹਾਂ ਡੀਲ ਕਰਨਾ ਇਹ ਬਿਲਕੁਲ ਤੁਹਾਡੀ ਗੱਲ ਠੀਕ ਆ ਇਹ ਜਿਹੜੀ ਸੂਰਤ ਜਿਹੜੀ ਆ ਉਹ ਘਟ ਬਦਲਦੀ ਆ ਸੂਰਤ ਬਹੁਤ ਬਦਲਦੀ ਆ ਸੂਰਤ ਤਾਂ ਬਹੁਤ ਬਦਲਦੀ ਹੈਗੇ ਜਾ ਕੇ ਇਸ ਕਰਕੇ ਬੰਦੇ ਨੂੰ ਜਿਹੜਾ ਆਪਣਾ ਅਨਲਿਸਿਸ ਆਪਾਂ ਕਈ ਵਾਰ ਗੱਲ ਕਿਤੇ ਡੇਲੀ ਉਹਨੂੰ ਕਰਨਾ ਚਾਹੀਦਾ ਵੀ ਮੈਂ ਕਿਤੇ ਇੱਧਰ ਉੱਧਰ ਨੂੰ ਥੜਕਤ ਨਹੀਂ ਰਿਹਾ ਜਿਹੜਾ ਕਿ ਚਾਂਸ ਬਹੁਤ ਹੁੰਦੇ ਆ ਥੜਕਣ ਦੇ ਬੰਦੇ ਦੇ ਜਿਹੜੇ ਕਰਾਹੇ ਪੈਣ ਦੇ ਚਾਂਸਸ ਬਹੁਤ ਹੈ ਉਹ ਆਪਣਾ ਅਨਲਿਸਿਸ ਆਪ ਹੀ ਕਰੇ ਪਿਛਲੀ ਵਾਰ ਆਪਾਂ ਗੱਲ ਕੀਤੀ ਵੀ ਆਪਣਾ ਅਨਲਿਸਿਸ ਆਪ ਕਰੇ ਆਪ ਕਰੇ ਫੇਰ ਰਹੇ ਰਹਿਸਾ ਜਿਸ ਵੇਲੇ ਤੁਸੀਂ ਮੈਨੂੰ ਕਹਿਣਾ ਵੀ ਮੇਰੇ ਚਾ ਨੁਕਸੇ ਤੇ ਮੈਂ ਗੁੱਸਾ ਕਰਨਾ ਉਸ ਗੱਲ ਦਾ ਮੈਂ ਜੇ ਮੈਂ ਆਪ ਬੈਠ ਕੇ ਸੋਚ ਲਵਾਂ ਕਿ ਇੱਥੇ ਜਾ ਕੇ ਵੀ ਮੇਰੇ ਵਿੱਚ ਆ ਜਿਹੜੀ ਹੈਗੀ ਆ ਪ੍ਰੋਬਲਮ ਹੈਗੀ ਆ ਮੈਂ ਇਹਨੂੰ ਠੀਕ ਕਰ ਲਵਾਂ ਤਾਂ ਚਾਂਸਸ ਹੈਗੇ ਚੰਗਾ ਹੋਣ ਦੇ ਆਪਣਾ ਅਨਲਿਸਿਸ ਜਿਹੜਾ ਹੈਗਾ ਜ਼ਰੂਰੀ ਹੈ ਨਹੀਂ ਪੁੱਠੇ ਪਾਸੇ ਨੂੰ ਜਾਣ ਦੇ ਚਾਂਸਸ ਬਹੁਤ ਸਾਰੇ ਬਹੁਤ ਏ ਬੰਦੇ ਨਾ ਆਪ ਨੂੰ ਰਹਿਤ ਕਰਦੇ ਰਹਿੰਦੇ ਆ ਦੇਖੋ ਜਦੋਂ ਤਬਦੀਲੀ ਆਉਂਦੀ ਹੈ ਬ੍ਰਦਰ ਸਭ ਚਾਹੇ ਗੁੱਸਾ ਲੱਗੇ ਚਾਹੇ ਗਿਲਾ ਉਹ ਦੂਜੇ ਦੇ ਕਹਿਣ ਵਾਲੀ ਦੂਜੇ ਦੇ ਟੋਕਣ ਵਾਲੀ ਆਉਂਦੀ ਹੈ ਆਪਦੇ ਨਾਲ ਨਹੀਂ ਆਉਂਦੀ ਕਿਉਂਕਿ ਆਪ ਜਦੋਂ ਤੁਸੀਂ ਆਪਣਾ ਅਨਲਿਸਿਸ ਕਰਨ ਬੈਠਦੇ ਹੋ ਨਾ ਕਈ ਗੱਲਾਂ ਆਪ ਦੇ ਆਪਣੇ ਆਪ ਨਾਲ ਰਾਏਤ ਕਰ ਜਾਂਦੇ ਹੋ ਥਿੰਸਬ ਮੈਂ ਉਹ ਹੀ ਗੱਲ ਕਹਿ ਰਿਹਾ ਬੇ ਆਪਣੇ ਆਪ ਨਾਲ ਰਾਏਤ ਨਾ ਕਰੋ ਆਪ ਟ੍ਰਾਈ ਕਰੋ ਜੋਰ ਲਾਓ ਲੱਭਣ ਦਾ ਜਾ ਕੇ ਬੇ ਮੇਰੇ ਵਿੱਚ ਕੀ ਕਮੀ ਹੈ ਲੱਭਣ ਉਹ ਬਹੁਤ ਔਖੀ ਹੈ ਜਿੱਦਾਂ ਆਪ ਉਹਦਾ ਡਾਇਗਨਸ ਨੂੰ ਕੋਟ ਕੀਤਾ ਸੀ ਉਹ ਬੰਦਾ ਬਹੁਤ ਔਖਾ ਹੈ ਸਭ ਤੋਂ ਵੱਧ ਔਖਾ ਹੈ ਆਪਣੀ ਕਮੀ ਲੱਭਣੀ ਪਰ ਇਹ ਸਭ ਤੋਂ ਵੱਧ ਜ਼ਰੂਰੀ ਹੈ ਲੱਭਣੀ ਜੇ ਤੁਸੀਂ ਆਪਣੀ ਕਮੀ ਨਾ ਲੱਭੋ ਤင် ਸੌਣ ਮੇਰੀ ਗੱਲ ਦਸੋ ਮੇਰੇ ਵਿੱਚ ਜਿਹੜੀਆਂ ਕਮੀਆਂ ਆ ਉਹ ਮੈਨੂੰ ਹੀ ਸਹੀ ਮੈਨੇਜ ਪਤਾ ਆ ਤੁਹਾਨੂੰ ਨਹੀਂ ਪਤਾ ਤੁਹਾਨੂੰ ਤਾਂ ਉਹੀ ਦੇਖੇ ਜੋ ਮੈਂ ਮੂੰਹੋਂ ਬੋਲਦਾ ਜਾਂ ਮੈਂ ਮੂੰਹੋਂ ਕਰਦਾ ਜਾਂ ਮੈਂ ਕੋਈ ਕੰਮ ਕਰਦਾ ਤੁਸੀਂ ਮੈਨੂੰ ਉੱਥੋਂ ਹੀ ਜਜ ਕਰਨਾ ਕਿ ਇਹ ਬੰਦਾ ਕਿੱਦਾਂ ਦਾ ਜੋ ਮੇਰਾ ਦਿਮਾਗ ਦੇ ਅੰਦਰ ਖਲਲ ਚੱਲਦਾ ਜਿਹੜੀਆਂ ਮੈਂ ਗਲਤ ਮਲਤ ਸੋਚਦਾ ਆ ਦਿਮਾਗ ਦੇ ਵਿੱਚ ਉਹ ਮੈਨੂੰ ਹੀ ਪਤਾ ਹਮ ਸੋ ਸਹੀ ਗੱਲ ਉਹ ਹੋਣੀ ਆ ਜਿਸ ਵੇਲੇ ਅਸੀਂ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨੀ ਆ ਯੂ ਆਰ ਵਾਟ ਯੂ ਥਿੰਕ ਹਮਮ ਹੇਗਾ ਉਹ ਜਿਹੜੀ ਥਿੰਕਿੰਗ ਆ ਥਿੰਕਿੰਗ ਨੂੰ ਠੀਕ ਕਰ ਜੇ ਹੋਵੇ ਫਿਰ ਉਹਦੇ ਵਿੱਚੋਂ ਜ਼ਬਾਨ ਵੀ ਚੰਗੀ ਨਿਕਲ ਆਉਣੀ ਆ ਫਿਰ ਉਹਦੇ ਵਿੱਚੋਂ ਕੰਮ ਵੀ ਚੰਗੇ ਨਿਕਲ ਆਉਣੇ ਆ ਪਰ ਸਭ ਨਾਲੋਂ ਔਖਾ ਕੰਮ ਉਹ ਹੈਗਾ ਜਾ ਤੁਸੀਂ ਮੇਰੀ ਉਸੇ ਗੱਲ ਦਾ ਮੈਨੂੰ ਕਹਿ ਸਕਦੇ ਆ ਵੀ ਠੀਕ ਕਰ ਜਿਹੜੀ ਤੁਸੀਂ ਮੇਰੇ ਮੂੰਹੋਂ ਸੁਣ ਲਈ ਮੇਰੇ ਅੰਦਰ ਕੀ ਕੁਸਮਾਨ ਚੱਲ ਰਿਹਾ ਉਹ ਤੁਹਾਨੂੰ ਨਹੀਂ ਪਤਾ ਫਿਰ ਜਿਹੜਾ ਇਹ ਸ਼ੋਰ ਆ ਸੂਰਤ ਤੇ ਸੀਰਤ ਦਾ ਜਿਹੜਾ ਇਹ ਸ਼ੋਰ ਆ ਖੂਬਸੂਰਤੀ ਤੇ ਬਦਸੂਰਤੀ ਦਾ ਇਹ ਤਾਂ ਫਿਰ ਬਿਲਕੁਲ ਨਕਮਾ ਤੇ ਨਗੂਣਾ ਰਹਿ ਗਿਆ ਐਸਾ ਹੌਬਨਾ ਕਿਦਾ ਮੈਂ ਸਮਝੇ ਨਹੀਂ ਜਿਹੜੀ ਇਹ ਗੱਲਬਾਤ ਚੱਲ ਰਹੀ ਆ ਹਰ ਪਾਸੇ ਬੋਲ ਬੋਲਾ ਤਾ ਇਹ ਆ ਕਿ ਉਹ ਸੋਹਣਾ ਖੂਬਸੂਰਤੀ ਆ ਫਿਜ਼ੀਕਲ ਖੂਬਸੂਰਤੀ ਜਿਹੜੇ ਸਿਆਣੇ ਲੋਕ ਉਹ ਕਹਿੰਦੇ ਨਹੀਂ ਨਹੀਂ ਫਿਜ਼ੀਕਲ ਖੂਬਸੂਰਤੀ ਦਾ ਕੋਈ ਮਤਲਬ ਨਹੀਂ ਸੂਰਤ ਦਾ ਕੋਈ ਮਤਲਬ ਨਹੀਂ ਸਿਰਤ ਦਾ ਮਤਲਬ ਆ ਸਿਰਤ ਕੀ ਹੋ ਜੀ ਆ ਹੁਣ ਸੂਰਤ ਤੇ ਸਿਰਤ ਦੋਨੇ ਚੇਂਜ ਹੋਈ ਜਾਂਦੇ ਚੇਂਜ ਹੋਈ ਜਾਂਦੇ ਆ ਸਮੇਂ ਦੇ ਮਤਲਬ ਇਹ ਤਾਂ ਨਗੂਣੀ ਚੀਜ਼ਾਂ ਦੋਨੇ ਦੇਖੋ ਜਿਸ ਵੇਲੇ ਹਾਲਾਤ ਚੇਂਜ ਹੋਣੇ ਆ ਉਹਦੇ ਨਾਲ ਵਿਚਾਰ ਚੇਂਜ ਹੋਣੇ ਹਮਮ ਠੀਕ ਹੈ ਨਾ ਜੀ ਵਿਚਾਰ ਜਿਹੜੇ ਆ ਉਹ ਹਾਲਾਤਾਂ ਚੋਂ ਨਿਕਲਦੇ ਜਿੱਦਾਂ ਦੇ ਹਾਲਾਤ ਹੋਣੇ ਆ ਉਦਾਂ ਦੇ ਵਿਚਾਰ ਹੋਣੇ ਜਾਂ ਕਿ ਜਿੱਦਾਂ ਹੁਣ ਆਪਾਂ ਸਾਰੀ ਦੇਖ ਕੇ ਹਟੇ ਸੂਰਤ ਪ੍ਰਤੀ ਵੀ ਬਦਲ ਗਿਆ ਸੀਰਤ ਪ੍ਰਤੀ ਵੀ ਬਦਲ ਗਿਆ ਸੋ ਉਹ ਜਿਹੜੀ ਆ ਸਮੇਂ ਦੇ ਮੁਤਾਬਕ ਜਿੱਦਾਂ ਆਪਾਂ ਬਾਰ ਬਾਰ ਕਹਿੰਦੇ ਨੇ ਬਈ ਸਹੀ ਲਾਈਨ ਦੇ ਉੱਤੇ ਰਹਿਣਾ ਤਾਂ ਨੰਬਰ 1 ਤਾਂ ਲਾਅ ਨੂੰ ਫੋਲੋ ਕਰ ਲਓ ਕਿ ਜੇਲ੍ਹ ਚ ਨਾ ਜਾਓ ਇਹਦੇ ਲਈ ਬਾਕੀ ਸਮਾਜਿਕ ਤੌਰ ਤੇ ਤੁਹਾਡੀ ਕਿੱਦਾਂ ਦੀ ਸਿਰਤ ਹੋਣੀ ਚਾਹੀਦੀ ਹੈਗੀ ਆ ਉਹ ਬਦਲਦੀ ਰਹਿੰਦੀ ਹੈ ਉਦੇ ਮੁਤਾਬਕ ਤੁਸੀਂ ਸੁਭਾ ਜਿਹੜਾ ਤੁਹਾਡਾ ਠੀਕ ਹੋਣਾ ਚਾਹੀਦਾ ਕਿਸੇ ਕਿਸੇ ਤਰ੍ਹਾਂ ਦਾ ਕਿਸੇ ਕਿਸੇ ਤਰ੍ਹਾਂ ਦਾ ਹੈਗਾ ਸੋ ਇਹ ਜਿਹੜੀ ਹੈਗੀ ਦੋਨੋਂ ਚੀਜ਼ਾਂ ਬਦਲਦੀਆਂ ਹਨ ਔਰ ਸਮੇਂ ਦੇ ਮੁਤਾਬਕ ਹਾਲਾਤ ਦੇ ਬਦਲਣ ਦੇ ਨਾਲ 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 ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬਦਲਦੀਆਂ ਮੇਰਾ ਖਿਆਲ ਆਪਾਂ ਇੰਨੀ ਗੱਲੇ ਤੇ ਕਰ ਲਈਏ ਇਹਦੇ ਤੇ ਹੋਰ ਆਪਾਂ ਰਹਿਣ ਦਿੰਦੇ ਆ ਬਸ ਕਰੀਏ ਮੇਰੇ ਕੋਲ ਵੀ ਕਿਹੜਾ ਹੈਗਾ ਉੱਤੇ ਮੁੱਕ ਜਾਂਦੇ ਜਿਹੜੀਆਂ ਹੈਗੀਆਂ ਨਹੀਂ ਨਹੀਂ ਥੋੜੀ ਕੋ ਬਹੁਤ ਜ਼ਾਨੀ ਅੱਛਾ ਮੈਂ ਇੱਕ ਜਿਹੜੀ ਗੱਲ ਕਰਨੀ ਚਾਹੁੰਦਾ ਸੀ ਜੀ ਇੱਕ ਮੈਂ ਸ਼ੁਰੂ ਵਿੱਚ ਕਰਨੀ ਸੀ ਗੱਲ ਉਹ ਮੈਨੂੰ ਜ਼ਰੂਰੀ ਲੱਗਦੀ ਸੀ ਇਕ ਤਰ੍ਹਾਂ ਸਭ ਆਪਣੀ ਕਮਿਊਨਿਟੀ ਇਹ ਥੋੜੇ ਬੰਦਿਆਂ ਉੱਤੇ ਲਾਗ ਹੁੰਦੀ ਆ ਪਰ ਉਹਨਾਂ ਲਈ ਜ਼ਰੂਰੀ ਹੈ ਮੈਂ ਦੱਸ ਨਹੀਂ ਕਹਾਂ। ਜਿਸ ਵੇਲੇ ਇੱਥੇ ਆਪਣੇ ਬੰਦਿਆਂ ਦੀ ਸੈਪਰੇਸ਼ਨ ਹੁੰਦੀ ਆ ਜਾਂ ਉਹਨਾਂ ਦੀ ਆਪਾਂ ਕਹਿੰਦੇ ਡਾਈਵੋਰਸ ਹੋ ਜਾਂਦੇ ਆ ਤਾਂ ਉਹਦੇ ਵਿੱਚ ਜਿਹੜੀ ਬੱਚਿਆਂ ਦੀ ਕਸਟਡੀ ਦਾ ਸਵਾਲ ਆਉਂਦਾ। ਹੂੰ ਹੂੰ ਉਹ ਬੱਚੇ ਜਿਹੜੇ ਆ ਕਈ ਵਾਰ ਤਾਂ ਜੁਆਇੰਟ ਕਸਟਡੀ ਹੁੰਦੀ ਹੈ ਕਈ ਵਾਰ ਕਸਟਡੀ ਮਦਰ ਕੋਲ ਜ਼ਿਆਦਾ ਆ ਫਾਦਰ ਨੂੰ ਰਾਈਟ ਮਿਲ ਜਾਂਦਾ ਪਰ ਵੀ ਇਹ ਵੀਕਐਂਡ ਤੇ ਕੋਲ ਰੱਖ ਸਕਦਾ ਜਾਂ ਇਨਾਂ ਚੇਰੇ ਕੋ ਹੋ ਸਕਦਾ। ਉਹ ਉਸੇ ਹੀ ਦੌਰਾਨ ਦੇ ਵਿੱਚ ਇਹ ਗੱਲ ਦੇਖਣ ਤੇ ਆਈ ਹੈ ਕਿ ਉਹ ਜਿਹੜੇ ਪਾਰਟਨਰ ਆ ਉਹ ਬੱਚਿਆਂ ਨੂੰ ਦੂਜੇ ਪਾਰਟਨਰ ਪ੍ਰਤੀ ਨਫ਼ਰਤ ਬਹੁਤ ਭਰਦੇ ਆ ਉਹਨਾਂ ਦੇ ਮਾਈਂਡ ਦੇ ਵਿੱਚ ਹਮ ਹਮ ਮਾਈਨਰ ਬੱਚੇ ਦੇ ਮਾਈਨਰ ਬੱਚੇ ਬੱਚੇ ਜਦ ਤੱਕ ਉਹਨਾਂ ਕੋ 10 12 14 ਸਾਲ ਤੱਕ ਵੀ ਜਾਂਦੇ ਆ ਉਹਨਾਂ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਇਹ ਆ ਜੇ ਹੁਣ ਵਾਈਫ ਆ ਉਹ ਫਾਦਰ ਦੇ ਖਿਲਾਫ ਜਿਹੜਾ ਇਹ ਬਹੁਤ ਗੱਲਾਂ ਉਹਨਾਂ ਨੂੰ ਦੱਸਦੀ ਹੈ ਤੁਹਾਡਾ ਫਾਦਰ ਤੇ ਆ ਮਾੜਾ ਆ ਮਾੜਾ ਇਹਦੇ ਉਹ ਨਫ਼ਰਤ ਵਾਲਾ ਜਿਹੜਾ ਫਾਦਰ ਉਹ ਦੱਸਦਾ ਤੁਹਾਡੀ ਮਾਂ ਇੰਨੀ ਖਰਾਬ ਹੁੰਦੀ ਸੀ ਆ ਹੁੰਦੀ ਸੀ ਫਲਾਨੀ ਹੁੰਦੀ ਸੀ ਵਲਾਨੀ ਹੁੰਦੀ ਸੀ ਉਹਨਾਂ ਦਾ ਪਰਪਸ ਦੋਹਾਂ ਦਾ ਇਹ ਹੁੰਦਾ ਕਿ ਬੱਚਿਆਂ ਦੇ ਮਨ ਦੇ ਵਿੱਚ ਉਹਦੇ ਪ੍ਰਤੀ ਨਫ਼ਰਤ ਹੋ ਜਵੇ ਤਾਂ ਕਿ ਉਹ ਤੋਂ ਦੂਰ ਹੋ ਜਾਣ ਤੇ ਉਹਦੇ ਨਾਲ ਕੋਈ ਸਬੰਧ ਨਾ ਹੋਵੇ ਮੇਰੇ ਨੇੜੇ ਹੋ ਜਾਣ ਹਾਂ ਮੇਰੇ ਨੇੜੇ ਹੋ ਜਾਣ ਹੁਣ ਹੁੰਦਾ ਕੀ ਆ ਕਿਉਂਕਿ ਮੇਰਾ ਤਜਰਬਾ ਹੈ ਮੈਂ ਦੇਖੇ ਬਹੁਤ ਜਦੋਂ ਬੱਚੇ 20 ਸਾਲ ਦੀ ਉਮਰ ਤੱਕ ਜਾਂਦੇ ਆ ਜੀ ਉਹ ਉਸ ਪਾਰਟਨਰ ਦੇ ਉਸ ਮਾਪੇ ਦੇ ਪ੍ਰਤੀ ਜਿਹੜਾ ਹੈਗਾ ਉਲਟ ਹੋ ਜਾਂਦੇ ਜਿਨਹੀਂ ਜਿਨ੍ਹਾਂ ਨੇ ਉਹਨਾਂ ਨੂੰ ਆ ਗੱਲਾਂ ਸੁਕਾਲੀਆਂ ਹੁੰਦੀਆਂ ਉਹਨਾਂ ਨੂੰ ਅਕਲ ਆ ਜਾਂਦੀ ਜੇ ਉਸ ਤੇ ਲਾ ਕੇ ਉਹ ਸਮਝਦੇ ਆ ਕਿ ਇਸ ਇਸ ਪਾਰਟਨਰ ਨੇ ਸਾਨੂੰ ਮਦਰ ਤੋਂ ਜਾਂ ਫਾਦਰ ਦੇ ਪਿਆਰ ਤੋਂ ਮਹਿਰੂਮ ਰੱਖਿਆ ਉਹਨਾਂ ਦੀਆਂ ਗਲਤੀਆਂ ਗਲਤ ਦੱਸ ਸਾਨੂੰ ਗਲਤ ਪੱਟੀ ਪੜਾ ਕੇ ਉਹਦਾ ਪਿਆਰ ਨਹੀਂ ਲੈਣ ਦਿੰਦਾ ਕਿ ਉਹਨਾਂ ਨੂੰ ਅਕਲ ਆ ਜਾਂਦੀ ਉਸ ਵੇਲੇ ਉਹਦਾ ਰਿਐਕਸ਼ਨ ਇਹ ਹੁੰਦਾ ਵੀ ਜਿਸ ਬੰਦੇ ਨੇ ਦੂਜੇ ਪਾਰਟਨਰ ਦੇ ਪ੍ਰਤੀ ਰੋਂਗ ਗੱਲਾਂ ਦਸੀਆਂ ਹੁੰਦੀਆਂ ਉਹ 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 ਉਹਦੇ ਖਿਲਾਫ ਹੋ ਜਾਂਦੇ ਆ ਤੋਂ ਬੇਰੀ ਇਹ ਜਿਹੜੀ ਹੈਗੀ ਬੇਨਤੀ ਇਹ ਆ ਵੀ ਉਹ ਬੱਚਿਆਂ ਨੂੰ ਦੂਜੇ ਫਾਦਰ ਜਾਂ ਮਦਰ ਦੇ ਖਿਲਾਫ ਇਦਾਂ ਦੀ ਕੋਈ ਗੱਲ ਨਾ ਦੱਸੀ ਜਾਵੇ ਇੱਕ ਤਾਂ ਬੱਚਿਆਂ ਦੀ ਪਰਸਨੈਲਿਟੀ ਖਰਾਬ ਹੁੰਦੀ ਹੈ ਇੱਕ ਉਹਨਾਂ ਦਾ ਦੇਖੋ ਬੱਚੇ ਦੋਹਾਂ ਨੂੰ ਚਾਹੁੰਦੇ ਨੇ ਉਹਨਾਂ ਦੀ ਮਾਂ ਨੂੰ ਵੀ ਚਾਹਣਾ ਉਹਨਾਂ ਦੇ ਬਾਪ ਨੂੰ ਵੀ ਚਾਹਣਾ ਔਰ ਦੋਹਾਂ ਦਾ ਉਹ ਚਾਹੁੰਦੇ ਇਹ ਹੁਣ ਉਸ ਵੇਲੇ ਪਤਾ ਨਹੀਂ ਲੱਗਦਾ ਇਹ 20 ਸਾਲ ਬਾਅਦ ਫੇਰ ਜਾ ਕੇ ਮਾਪ ਨੂੰ ਅਹਿਸਾਸ ਹੁੰਦਾ ਇਸ ਗੱਲ ਦਾ ਕਿ ਜਿਸ ਵੇਲੇ ਬੱਚੇ ਮੂੰਹ ਤੇ ਫੇ ਕਹਿਣ ਲੱਗ ਪੈਂਦੇ ਹ ਉਹ ਫੇ ਮੂੰਹ ਤੇ ਕਹਿੰਦੇ ਆ ਕਿ ਤੈਂ ਸਾਡੀ ਮਦਰ ਦੇ ਖਿਲਾਫ ਤੈਂ ਸਾਡੇ ਫਾਦਰ ਦੇ ਖਿਲਾਫ ਸਾਨੂੰ ਆ ਕੇ ਜਾ ਕੇ ਹੀ ਇਸ ਅ ਵੈਰੀ ਗੁੱਡ ਮੈਨ ਸ਼ੀ ਇਸ ਅ ਵੈਰੀ ਗੁੱਡ ਮਦਰ ਠੀਕ ਹੈ ਜੇ ਸੋ ਇਹ ਜਿਹੜੀ ਹੈਗਾ ਇਹ ਇਸ ਲਾਲਚ ਵਿੱਚ ਨਾ ਆਇਆ ਜਾਵੇ ਕਿ ਉਹਨਾਂ ਨੂੰ ਜਿਹੜਾ ਇਹ ਗੱਲ ਸਮਝਾਈ ਸਮਝਾਈ ਜਾਵੇ ਉਹਨਾਂ ਨੂੰ ਫਾਦਰ ਪਤੀ ਜੇ ਤੁਸੀਂ ਚੰਗੀ ਨਹੀਂ ਦੱਸ ਸਕਦੇ ਤਾਂ ਲੈਟ them ਲਰਨ ਫਰਮ their own ਐਕਸਪੀਰੀਅੰਸ ਇਹ ਬਿਲਕੁਲ ਹਾਂ ਇਹ ਮੈਂ ਜ਼ਰੂਰ ਦੱਸਣੀ ਚਾਹੁੰਦਾ ਸੀ ਜਾ ਕੇ ਅਬਸਰਬ ਜਿਹੜੇ ਵਿੱਚ ਜਿਹੜੀ ਆਪਾਂ ਗੱਲ ਕਰਦੇ ਹਾਂ ਖੂਬਸੂਰਤੀ ਦੀ ਉਹਦੇ ਵਿੱਚ ਮੇਰਾ ਖਿਆਲ ਆ ਵੀ ਖੂਬਸੂਰਤੀ ਤੋਂ ਇਲਾਵਾ ਵੀ ਅਛਾਈ ਤੇ ਬੁਰਾਈ ਹੈ ਜਿਹੜੀ ਉਹ ਹਾਲੇ ਵੀ ਦੋਨੇ ਯਾ ਉਹ ਉਹ ਡੋਮਿਨੇਟਿੰਗ ਫੈਕਟਰ ਹੀ ਨੇ ਕਿ ਅਛਾਈ ਕੀ ਹੈ ਬੁਰਾਈ ਕੀ ਹੈ ਸੂਰਤ ਸਿਰ ਦੀ ਗੱਲ ਵੀ ਬਦਲਦੀ ਰਹਿੰਦੀ ਹੈ ਅਛਾਈ ਕਿੰਨਾ ਚਿਰ ਤੁਹਾਡੇ ਚ ਰਹਿੰਦੀ ਹੈ ਬੁਰਾਈ ਕਿੰਨਾ ਚਿਰ ਆ ਜਿਹੜੀ ਤੁਸੀਂ ਗੱਲ ਕੀਤੀ ਆ ਮੈਨੂੰ ਇੱਕ ਯਾਦ ਆ ਕਿ ਬਹੁਤ ਚਿਰ ਹੋਇਆ ਜੀ ਇੱਕ ਵਾਰ ਇੱਕ ਕਹਾਣੀ ਮੈਂ ਪੜ੍ਹੀ ਸੀ ਮੇਰੇ ਖਿਆਲ ਮੁਪਾਸਾਂ ਦੀ ਆ ਫ੍ਰੈਂਚ ਕੋਲ ਫ੍ਰੈਂਚ ਉਪਰ ਮੁਪਾਸਾਂ ਦੀ ਆ ਪਰ ਉਹ ਜਿਹੜੇ ਸੁਣਨ ਵਾਲੇ ਆ ਜੇ ਮੇਤੋਂ ਕੋਈ ਗਲਤੀ ਹੋਈ ਤਾਂ ਮੈਨੂੰ ਮਾਫ ਕਰਨਾ ਕਿਉਂਕਿ ਬਹੁਤ ਚਿਰ ਹੋ ਗਿਆ ਪੜੀ ਨੂੰ ਤੇ ਉਹ ਮੁਪਾਸਾਂ ਦੀ ਕਹਾਣੀ ਇਦਾਂ ਹੈ ਜੀ ਕਿ ਇੱਕ ਕੋਚ ਦੇ ਵਿੱਚ ਉਹ ਟਰੈਵਲਰ ਜਾਂਦੇ ਆ ਗੱਡੀ ਚਾ ਹਾਂ ਗੱਡੀ ਕੋਚ ਜੇ ਉਹਨਾਂ ਦੇ ਨੇ ਪੁਰਾਣੀ ਕਹਾਣੀ ਤੇ ਉਹਦੇ ਵਿੱਚ ਕੁਝ ਲੇਡੀਜ਼ ਬੈਠੀਆਂ ਕੁਝ ਹਾਈ ਕਲਾਸ ਲੇਡੀਜ਼ ਬੈਠੀਆਂ ਜੀ ਦੋ ਚਾਰ ਇੱਕੋ ਨਾਲ ਜਿਹੜੀ ਹੈਗੇ ਹੁਕਰ ਬੈਠੀ ਹੈ ਹਮ ਅਪੇਸ਼ਾਵਰ ਔਰ ਜਿਹੜੀ ਉਹ ਬੈਠੀ ਹੈ ਉਹਨਾਂ ਨੂੰ ਪਤਾ ਪਈ ਇਹ ਹੁਕਰ ਹੈ ਹਮ ਉਹ ਜਿਹੜੀਆਂ ਲੇਡੀਜ਼ ਆ ਉਹ ਤੋਂ ਪਰੇ ਹੋ ਹੋ ਕੇ ਬਹਿਦੀਆਂ ਕਲਾਸੀ ਲੇਡੀਜ਼ ਹਾਂ ਜਿਹੜੀਆਂ ਉੱਪਰ ਹਾਈ ਕਲਾਸ ਆ ਪਰ ਇਹ ਗੰਦੀ ਔਰਤ ਆ ਇਹ ਗੰਦੀ ਔਰਤ ਆ ਇਹਦੇ ਨਾਲ ਨੱਕ ਤੇ ਅਸੀਂ ਲੱਗ ਜਾਈਏ ਜਾ ਕੋ ਇਧਰ ਇਧਰ ਬਹਿਦੀ ਹੈ ਉਹ ਗਾਹਾਂ ਅੱਗੇ ਜਾਂਦੇ ਆ ਤਾਂ ਉਹ ਪਹਾੜ ਹੇਲ ਤੇ ਜਾਂਦੇ ਆ ਸਨੋ ਸਟਾਰਮ ਆ ਜਾਂਦੀ ਹੈ ਹਮ ਸਨੋ ਸਟਾਰਮ ਦੇ ਵਿੱਚ ਉਹ ਕੋਚ ਫਸ ਜਾਂਦੀ ਹੈ ਜੀ ਕੋਚ ਫਸ ਜਾਂਦੀ ਆ ਤੇ ਉਹ ਸਾਰੇ ਉੱਥੇ ਉਹ ਬੈਠੇ ਆ ਤੇ ਉਹ ਕੁਝ ਪਤਾ ਨਹੀਂ ਲੱਗਦਾ ਜੀ ਕਰਦੇ ਕਰਦੇ ਉੱਥੇ ਠੰਡ ਬਹੁਤ ਹੋ ਜਾਂਦੀ ਹੈ ਹੂੰ ਉਹ ਠੰਡ ਬਹੁਤ ਹੋ ਜਾਂਦੀ ਆ ਤੇ ਉਹਨਾਂ ਦੇ ਕੋਲ ਕੁਝ ਹੁੰਦਾ ਨਹੀਂ ਉਹ ਜਿਹੜੀ ਹੁੱਕਰ ਆ ਉਹਦੇ ਕੋਲ ਕੰਬਲ ਆ ਅੱਛਾ ਉਹ ਉਹ ਕੰਬਲ ਕੱਢਦੀ ਆ ਜੀ ਤਾਂ ਉਹ ਕੰਬਲ ਕੱਢ ਕੇ ਉਹਨਾਂ ਵਾਲ ਨੂੰ ਦਿੰਦੀ ਫਿਰ ਤੁਸੀਂ ਲੈ ਲਓ ਲੈ ਲਓ ਉਹ ਕਹਿੰਦੇ ਨਹੀਂ ਹੂੰ ਨਹੀਂ ਉਹ ਕੰਬਲ ਨਹੀਂ ਨੇ ਤੇ ਹੁੱਕਰ ਦਾ ਕੰਬਲ ਅਸੀਂ ਕਿੱਦਾਂ ਲੈ ਸਕਦਾ ਅਸੀਂ ਤਾਂ ਹਾਈ ਕਲਾਸ ਲੇਡੀਜ਼ ਜਾਂ ਗੁੱਡ ਕੈਰੇਕਟਰ ਦੀਆਂ ਲੇਡੀਜ਼ ਅਸੀਂ ਜਾ ਕੇ ਉਹ ਜਲ ਨੂੰ ਜਿਹੜੀ ਹੈਗੀ ਆ ਉਹ ਬਹੁਤ ਠੰਡੀ ਹਵਾ ਚੱਲਣ ਲੱਪੈਂਦੀ ਹੋਰ ਉਹ ਬਹੁਤ ਉਹਨਾਂ ਨੂੰ ਠੰਡ ਲੱਗਦੀ ਆ ਤਾਂ ਫਿਰ ਥੋੜਾ ਜਿਹਾ ਕੰਬਲ ਆਪਣੇਰੂ ਖੇਚੇ ਲੈਣੀਆਂ ਲੱਤਾਂ ਦੇ ਉੱਪਰ ਰੱਖ ਲੈਣੀਆਂ ਥੋੜਾ ਜਿਹਾ ਕੰਬਲ ਉਹ ਜਿਆਦੇ ਹੋ ਜਾਂਦੀ ਤਾਂ ਉਹ ਕੋਈ ਗੱਲ ਨਹੀਂ ਉਹਦੇ ਕੋਲੋਂ ਕੰਬਲ ਚਲੇ ਗਿਆ ਉਹ ਕੰਬਲ ਵੀ ਨਹੀਂ ਫੇਰ ਲੈ ਲਿਆ ਜਾਗੇ ਹਮ ਅੱਛਾ ਉਹ ਤੋਂ ਬਾਅਦ ਕੀ ਹੋ ਜਾਂਦਾ ਜੀ ਉਹ ਤੋਂ ਬਾਅਦ ਉਹਨਾਂ ਦਾ ਇੱਕ ਬੱਚਾ ਹੈ ਉਹ ਬੱਚਾ ਰੋਣ ਲੱਪੈਂਦਾ ਉਹਨੂੰ ਭੁੱਖ ਲੱਗ ਜਾਂਦੀ ਹੈ ਹਮ ਉਹਨਾਂ ਦੇ ਉਹਨਾਂ ਨੂੰ ਤਾਂ ਅਸੀਂ ਪਹੁੰਚ ਜਾਣਾ ਟਾਈਮ ਕੁਝ ਨਹੀਂ ਹੈ ਉਹ ਬੱਚਾ ਕੁਝ ਨਹੀਂ ਹੈਗਾ ਜੀ ਜੇ ਫਿਰ ਰੋਂਦਾ ਤਾਂ ਉਹ ਠੀਕਾ ਦਾ ਤਾਂ ਉਹ ਹੁੱਕਰ ਦੇ ਕੋਲ ਮਿਲਕ ਹੁੰਦਾ ਜੀ ਹੂੰ ਉਹ ਮਿਲਕ ਕੱਢ ਕੇ ਉਹਨਾਂ ਨੂੰ ਕਹਿੰਦੀ ਆ ਲੈ ਲਓ ਉਹ ਫੇਰ ਨੱਕ ਨੁੱਕ ਚੜਾਉਂਦੀਆਂ ਜਾ ਕੇ ਵੀ ਹੁੱਕਰ ਜਿਹੜੀ ਹੈਗੀ ਹੈ ਬੱਚੇ ਨੂੰ ਅਸੀਂ ਕਿਤਾ ਅਸੀਂ ਬੱਚਾ ਆਪਣਾ ਥੋੜੋ ਗੰਦਾ ਕਰ ਲੈਣਾ ਉਹ ਕਹਿੰਦੇ ਨਾ ਬੱਚਾ ਫੇਰ ਜ਼ਿਆਦਾ ਰੋਣ ਲੱਗ ਪੈਂਦਾ ਜੀ ਉਹ ਕਿ ਕਰਦਾ ਕਰਦਾ ਹਾਲਾਤ ਇਦਾਂ ਹੁੰਦੇ ਫੇ ਉਹ ਦੁੱਧ ਵੀ ਉਹ ਤੋਂ ਐਕਸੈਪਟ ਕਰ ਲੈਣੇ ਜਾ ਕੇ ਉਹ ਬੱਚੇ ਨੂੰ ਪੜਾਉਣ ਲਈ ਦੁੱਧ ਲੈ ਜਾਂਦਾ ਅੱਛਾ ਫਾਈਨਲੀ ਜਿਹੜੀ ਹੈਗੀ ਫਾਈਨਲੀ ਫੇ ਸਾਰਿਆਂ ਨੂੰ ਬਹੁਤ ਭੁੱਖ ਲੱਗ ਜਾਂਦੀ ਹੈ ਜੀ ਕਿਸੇ ਕੋਲ ਕੁਝ ਨਹੀਂ ਹੁੰਦਾ ਉਹਦੇ ਕੋਲ ਸੈਂਡਵਿਚਸ ਹੁੰਦੀਆਂ ਹੂੰ ਹੂੰ ਉਹਨਾਂ ਰੱਖਿਆ ਹੁੰਦੀਆਂ ਉਹ ਕੱਢ ਕੇ ਉਹਨਾਂ ਨੂੰ ਸੈਂਡਵਿਚ ਦੇ ਦਿੰਦੀ ਹੈ ਹੂੰ eventually ਕੀ ਹੁੰਦਾ ਜੀ ਵੀ ਉਹ ਸਾਰੇ ਸੈਂਡਵਿਚ ਵੀ ਖਾ ਲੰਦੇ ਆ ਉਹਦੀ ਥਰਮੋਸ ਤੋਂ ਦੁੱਧ ਵੀ ਪੀ ਲੈਂਦੇ ਆ ਹਾਂ ਤਾਂ ਉਹ 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 ਨਾ ਸੈਂਡਵਿਚ ਖਾਦਾ ਤਾਂ ਨਾ ਦੁੱਧ ਪੀਤਾ ਨਾ ਨਾ ਉਹ ਕੰਬਲ ਦਾ ਉਹ ਨਿਗ ਮਾਣਿਆ ਜਾ ਕੇ ਉਹਨਾਂ ਸਾਰਿਆਂ ਨੇ ਮਾਣਿਆ ਤਾਂ ਉਹ ਨਤੀਜਾ ਉਹਦਾ ਉਹ ਨਿਕਲਦਾ ਵੀ ਜਿਹਨੂੰ ਤੁਸੀਂ ਗੰਦੀ ਔਰਤ ਕਹਿੰਦੇ ਆ ਉਹਦੇ ਵਿੱਚ ਇੰਨਾ ਭਾਅ ਵਿਆ ਜਾ ਕੇ ਹੈਲਪ ਕਰ ਤਾਂ ਉਹ ਜਿਹੜੀਆਂ ਹਾਈ ਕਲਾਸ ਆਪਣੇ ਕੋ ਹੁੰਨੀਆਂ ਉਹ ਇਸ ਕਿਸਮ ਦਾ ਸੋ ਇਹ ਜਿਹੜਾ ਹੈਗਾ ਕਿਸੇ ਦਾ ਆਪਾਂ ਇਦਾਂ ਨਹੀਂ ਅੰਦਾਜ਼ਾ ਲਾ ਸਕਦੇ ਜੀ ਇਹ ਇਹ ਉਹ ਆ ਇਹ ਕੁੜੀਆਂ ਦਾ ਕਰਦਾ ਉਹ ਕਰਦਾ ਫਲਾਣਾ ਕਿਉਂਕਿ ਸਾਡੇ ਕਨਸੈਪਟ ਕੀ ਹੈ ਸਾਡੇ 380 ਤਾਂ ਉੱਥੋਂ ਆਏ ਆ ਜਿੱਥੇ ਕੁੜੀ ਦੇ ਸਿਰ ਤੋਂ ਚੁੰਨੀ ਰਹਿ ਜਾਂਦੀ ਹੁੰਦੀ ਸੀ ਤਾਂ ਉਹਨੂੰ ਬਦਮਾਸ਼ ਕਰਦਾਨ ਦਿੱਤਾ ਜਾਂਦਾ ਸੀ ਕਰ ਦਿੱਤਾ ਜਾਂਦਾ ਸੀ ਇਹ ਜਾ ਕੇ ਸੋ ਇਹ ਜਿਹੜੇ ਕਨਸੈਪਟ ਬਣਾਏ ਹੋਏ ਆ ਸੋਸਾਇਟੀ ਨੇ ਬਦਲਦੇ ਰਹਿੰਦੇ ਇਹ ਬਦਲਦੇ ਰਹਿੰਦੇ ਆ ਬਦਲਦੇ ਰਹਿੰਦੇ ਆ ਔਰ ਬਦਲਦੇ ਰਹਿਣੇ ਆ ਇਸ ਗੱਲ ਕਰਕੇ ਜਿਹੜੀਆਂ ਬੇਸਿਕ ਵੈਲਿਊਜ਼ ਆ ਹਿਊਮਨ ਦੀਆਂ ਕੰਪੈਸ਼ਨ ਆ ਗ੍ਰੈਟੀਟਿਊਡ ਆ ਰਿਸਪੈਕਟ ਆ ਹੈਲਥ ਨੇ ਸਿਆ ਉਹ ਥੋੜੀਆਂ ਚੀਜ਼ਾਂ ਦੀ ਜ਼ਰੂਰੀ ਆ ਕੋਈ ਆਦਮੀ ਕਿਤੇ ਵਜੋਂ ਕੀ ਕਰਦਾ ਜਾਂ ਨਹੀਂ ਕਰਦਾ ਜਿਹੜਾ ਹੈਗਾ ਤਾਂ ਉਹ ਜਿਹੜੀ ਹੈਗੀ ਆ ਉਸ ਚੀਜ਼ ਨੂੰ ਬਹੁਤਾ ਨਹੀਂ ਇਸ ਗੱਲ ਤੇ ਲੈਣਾ ਚਾਹੀਦਾ ਵੀ ਜੀ ਇਹ ਬਦਮਾਸ਼ ਆ ਤੇ ਫਲਾਨਾ ਆ ਜਾ ਕੇ ਮੇਰੇ ਮੇਰੇ ਆਪਣੇ ਖਿਆਲ ਦੇ ਵਿੱਚ ਆਪਣੇ ਸਮਾਜਿਕ ਦਾਇਰੇ ਦੇ ਅੰਦਰ ਰਹਿੰਦੇ ਹੋਏ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿੰਦੇ ਹੋਏ ਜੋ ਤੁਸੀਂ ਕਰਦੇ ਆ ਉਹ ਠੀਕ ਹੈ ਡੂ ਇਟ ਪਰ ਕੰਪੈਸ਼ਨ অর ਗ੍ਰੈਟੀਟਿਊਡ ਬਹੁਤ ਜ਼ਰੂਰੀ ਹੈ ਜੀ ਇਹ ਇਹ ਫੋਲੋ ਹੋਣੀ ਚਾਹੀਦੀ ਹੈ थैंक यू ਜੀ ਮਿਹਰਬਾਨ Red FM